छाड़ दो भाई। शौक है जी थानू
एक किवें लग गया ते किड़े सन तुसी कबूतर लग सन तो ये बचपन ती शौक है जी पंजवी क्लास पढ़ते जी तो बस सही फिर दिन दिन शौक पै गया जी तो फिर नब्बे जाके फिर बाजी जितन लगी नब्बे दे विच जिहड़े तुसी कबूतर रखे किहड़ी जगह तो लैके आते किहड़ी नसल दे कबूतर सी तुहाडे कोल असीं लैके आए भाई भाई उस्ताद मिला जी ਜੱਸਵਾਲ ਕਬੂਤਰ ਉਹਨਾਂ ਤੋਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਕਿਹੜੀ ਜਗ੍ਹਾ ਉਦੋਂ ਬਾਜੀ ਛੱਡੀ ਤੁਸੀਂ 1990 ਦੇ ਵਿੱਚ ਅਸੀਂ ਜੀ ਸਾਡੇ ਨਜ਼ਦੀਕ ਹੀ ਖੜਿਆਲ ਪਿੰਡ ਹੈ ਜੀ ਅਸੀਂ ਪਹਿਲੀ ਬਾਜੀ ਉੱਥੇ ਛੱਡੀ ਸੀ ਬੱਚਾ ਡਿਸ ਕਲੀਆਂ ਦਾ ਅਤੇ ਅਸੀਂ ਉੱਥੋਂ ਇੱਕ ਥੱਲੇ ਹਰ ਗਏ ਸੀ ਪਹਿਲੀ ਬਾਜੀ ਮਤਲਬ ਤੁਸੀਂ ਹਰ ਗਏ ਸੀ ਹਾਂਜੀ ਕਿੰਨੀ ਉਦੋਂ ਤੁਹਾਡੀ ਉਮਰ ਸੀਗੀ ਉਮਰ ਦੇ ਹਿਸਾਬ ਨਾਲ ਜੀ ਦੇ ਵਿੱਚ ਮੇਰੀ ਹੋਈ 16-17 ਸਾਲ ਇੰਨੀ ਉਮਰ 16 ਸਾਲ कबूतर बाजी हर जाता है खुशी बहुत हुई होनी बहुत चंगा लगेगा ਇੱਕ ਥੱਲੇ ਹਲੇ ਮੈਂ ਬਹੁਤ ਚੰਗਾ ਪਿਆ ਜਿੱਤਣ ਦੀ ਨਹੀਂ ਹੌਸਲਾ ਲਗੇ ਜੀ ਉਦੋਂ ਜਿਹੜਾ ਜ਼ਿਕਰ ਕੀਤਾ ਤੁਸੀਂ ਦੱਸੋ ਵਾਲ ਕਬੂਤਰਾਂ ਦਾ ਕਿ ਉਹਨਾਂ ਦੀ ਨਸਲ ਤੋਂ ਕਬੂਤਰ ਨਹੀਂ ਇਹ ਹੋਰ ਨਸਲ ਦੇ ਹੋਰ ਪਹਿਲਾਂ ਸੀ ਜੀ ਅਤੇ ਜਿਹੜਾ ਤੁਸੀਂ ਉਸਤਾਦ ਧਾਰਿਆ ਸੀ ਭਾਈ ਰੂਪਾ ਹਾਂਜੀ ਹਾਂਜੀ ਕੀ ਉਹ ਪ੍ਰੋਪਰ ਉਹਨਾਂ ਦਾ ਕੀ ਨਾਮ ਸੀ ਉਹਨਾਂ ਦਾ ਸੁਰਿੰਦਰ ਸਰਪੰਚ ਸੀ ਸੁਰਿੰਦਰ ਸਰਪੰਚ ਹਾਂਜੀ ਇਹ ਬਾਜੀ ਛੱਡਣ ਤੋਂ ਬਾਅਦ ਉਸਤਾਦ ਧਾਰਿਆ ਪਹਿਲਾਂ ਧਾਰਿਆ ਪਹਿਲਾਂ ਭਾਰ ਰਿਹਾ मन के चलो भी जी तुसी बाजी जित हार होंगी आम आप वेख लें भी दो चार जो कबूतर रह जाए उन्होंने पहाड़ नहीं मान जी वधिया करे हंसते खेलते गए बिल्कुल जी बहुत उच्चा सी छोटे बच्चा हटा जी उस तो बाद फिर दूजी बाजी कितने छड़ी असि उही बच्चा हटाई असि तीन बाजी हटे एक थली हटी एक कबूतरी थली उही कबूतरी दोबारा फिर आ जाती सी हाँ जी उही कबूतरी छड़ते सी छल्ला भी सट जी उन्हें थोड़ी उड़ती सी टाइम जी ਤੁਸੀਂ ਉਹ ਤਿੰਨੇ ਬਾਜੀ ਉਹਨਾਂ ਥੱਲੇ ਹਰੀ ਤਿੰਨੇ ਬਾਜੀਆਂ ਉਹਨਾਂ ਦੇ ਦੂਜੇ ਨੰਬਰ ਤੇ ਰਹਿ ਗਏ ਹਾਂਜੀ ਦੋ ਉਹ ਕਬੂਤਰੀ ਕਿਹੜੇ ਵੀਰ ਦੀ ਸੀ ਜਿਹੜੀ ਉਹ ਤੁਹਾਡੇ ਉਹ ਨੰਬਰ ਵਾਲੇ ਰਹਿ ਛੰਨਾ ਦੇ ਵਾਲੇ ਦੇ ਜੀਤ ਜੀਤ ਜੀ ਸੀ ਉਹਨਾਂ ਨੂੰ ਜੀ ਹਾਂ ਜੋ ਛੰਨਾ ਉਹ ਕਰ ਦੀ ਗੁਆਂਢੀ ਬੰਡੀਆਂ ਦੇ ਜੀ ਤੁਹਾਡਾ ਦੂਜਾ ਨੰਬਰ ਰਿਹਾ ਹਾਂਜੀ ਚਲੋ ਤੇ ਕਦੇ ਚੌਥੀ ਬਾਜੀ ਛੱਡਿਆ ਹੋਵੇ ਬੱਚਾ ਜਿਹੜਾ ਤੁਸੀਂ ਕੋਈ ਉਹ ਬਾਈ ਜੀ ਜੀਤ ਛੰਨਾ ਵਾਲੇ ਨਾ ਹੋਣ ਤਾਂ कबूतर बाजी बल्लू मौल उथों लोग जानन लगे सी या जदों तुसीं एक कबूतरां दा जिक्र आया तुहाडा कबूतर तुसीं मुल लए सी ਇਹ ਤਾਂ ਮੋਦੋ ਇਹ ਤਾਂ ਕੰਮ ਪਹਿਲਾਂ ਨਹੀਂ ਕਰਨ ਮੁੜ ਤਰ ਤੇ ਅਸੀਂ 2007 ਤੋਂ ਪਹਿਲਾਂ ਕਰ ਜੀ ਬਾਈ ਮੈਨੂੰ ਰੁਪਏ ਰੁਪਏ ਛੱਡਣ ਲੱਗੀ ਸੀ ਜੀ ਇਹ ਕਾਫੀ ਜ਼ਿਕਰ ਸੁਣਿਆ ਤੁਹਾਡਾ ਪਿੱਛੇ ਜੇ ਤੇਲੂ ਰਾਮ ਹੈ ਜੋ ਹਾਂਜੀ ਉਹਨਾਂ ਤੋਂ ਉਹਨਾਂ ਨੇ ਦੱਸਿਆ ਸੀ ਕਿ ਬਾਈ ਬੱਲੂ ਮੌੜ ਮੈਂ ਤੁਹਾਡਾ ਨਾਮ ਤੇ ਪਹਿਲੀ ਵਾਰੀ ਸੁਣਿਆ ਸੀ ਠੀਕ ਹੈ ਬਾਈ ਬੱਲੂ ਮੌੜ ਸਾਡੇ ਤੋਂ 7000 ਦੀ ਸ਼ਰਤ ਸੀ 7000 ਦੀ 7000 ਦੀ ਉਹ ਕਿਹੜੇ ਸਨ ਮੁੱਲ ਲਈ ਸੀ ਉਹ ਮੈਨੂੰ ਉਸ ਤਰ੍ਹਾਂ ਦੀ ਗੱਲ ਪੁੱਛਿਆ ਤੁਹਾਨੂੰ ਪੱਕਾ ਕਲੀਅਰ ਤੁਹਾਨੂੰ ਜਾ ਰਹੀ ਹੈ ਉਸ ਤਰ੍ਹਾਂ ਦੀ ਕਲੀਅਰ उन्होंने जिक्र किया कि उस टाइम के एक वधिया असी मझ जी उन्होंने शायद मझ खरीदी अभी मीट का गला भी जी हाँ 97 बहुत घट रेट से जी साढ़े 15000 तो लैके 40000 फिर जमीन गई है उपर ठीक है जी उन्होंने जी नसल तुम कबूतर की लै गए वो किमें उठी बहुत चंगी उठी पूरी का डिटेल के नाल दसो क्योंकि ਜਿਹੜਾ ਉਹਨਾਂ ਦੇ ਕੋਲੇ ਅਸੀਂ ਗਏ ਸੀ ਉਹਨਾਂ ਨੇ ਦੱਸਿਆ ਵੀ ਜਿਹੜੀ ਕਬੂਤਰੀ ਰਾਜਨ ਦਾ ਨਾਂ ਚਮਕਿਆ ਸੀ ਵੀ ਸਾਡੀ ਕਬੂਤਰੀ ਰਾਜਨ ਨੇ ਚੱਕੀ ਸੀ ਉਹਦੇ ਤੋਂ ਉਹਦੇ ਪੱਲੇ ਵਾਲੇ ਬਣੇ ਸੀ ਤੁਹਾਡੇ ਕੋਲੇ ਕੀ ਰਿਜ਼ਲਟ ਰਿਹਾ ਉਹਨਾਂ ਕਬੂਤਰਾਂ ਦਾ ਬਹੁਤ ਚੰਗਾ ਰਿਹਾ ਉਹਨੀ ਪ੍ਰੋਪਰ ਗੱਲ ਸਾਨੂੰ ਨਾ ਅਸੀਂ ਉਹਨਾਂ ਦੀ ਕਬੂਤਰੀ ਉਹ ਕਬੂਤਰ ਦੀ ਪੱਠੀ ਜੀ ਅਸੀਂ ਨਾਗਰੇ ਛੱਡੀ ਸੀ ਜੀ 6 ਵਜੇ ਟੈਂਪਰੇਚਰ ਸੀ ਅਤੇ 2 ਵਜੇ ਬਾਅਦ 6:15 ਵਜੇ ਉੱਠੀ ਜਿਹੜੀ ਕਬੂਤਰੀ ਮੁੱਲ ਲੈ ਗਏ ਸੀਗਾ ਉਹ ਬੱਚਿਆਂ 'ਚ ਪਾਈ ਜਾਂ ਉਸੇ ਨੂੰ ਪਹਿਲਾਂ ਉਡਾ ਲਿਆ ਨਹੀਂ ਬੱਚੇ ਕਢਾਏ ਬੱਚੇ ਕਢਾਏ ਬੱਚੇ ਨੂੰ ਮਸਲਾ ਓਕੇ
ਕਬੂਤਰਾਂ ਨਾਲ ਜਾ ਕੇ ਉਹਨਾਂ ਦਾ ਜਿਹੜਾ ਤਾਰ ਅਤੇ ਉਹ ਸੱਟ ਲਓ ਇਹੀ ਕੁੱਲ ਵਾਲਾ ਚੀਜ਼ ਹੈ ਕੁੱਲੋ ਵਾਲਾ ਹਾਂਜੀ ਇਹੀ ਕਬੂਤਰ ਸੱਟ ਲਓ ਪਹਿਲਾਂ ਜਾ ਕੇ ਉਹਨਾਂ ਨੂੰ ਮਿਸ ਕਰੀ ਅੱਜ ਵੀ ਜਿਹੜੀ ਨਸਲ ਹੈ ਤੁਹਾਡੇ ਕੋਲ ਉਹ ਹੈਗੀ ਹੈ ਕਿਉਂ ਬਿਲਕੁਲ ਹੈਗੀ ਇਹ ਅਸੀਂ ਬੈਠੇ ਹਾਂ ਜੀ ਤਾਮਕੋਟ ਅਤੇ ਇਸ ਤੋਂ ਬਾਅਦ ਤੁਹਾਨੂੰ ਜਿਹੜੇ ਇਹਨਾਂ ਦੇ ਮੇਨ ਜੋੜੇ ਆ ਕਿਉਂਕਿ ਜਿੰਨੀਆਂ ਵੀ ਮੇਰੀਆਂ ਵੀਡੀਓ ਆਈਆਂ ਪਹਿਲਾਂ ਦੇ ਨਾਮ ਦੀ ਨਾਲ ਜਿਹੜੇ ਕਬੂਤਰ ਦੀ ਗੱਲ ਚੱਲਦੀ ਹੈ ਤੁਹਾਨੂੰ ਕਬੂਤਰ ਨਾਮ ਦੇ ਨਾਲ ਦਿਖਾਉਣਾ ਪਰ ਕਬੂਤਰ ਬਾਈ ਜੀ ਉੱਥੇ ਜਿਹੜੇ ਵੱਡੇ ਜੋੜੇ ਆ ਉਹ ਬਾਈ ਜੀ ਬੰਨੂ ਮੌੜ ਦੇ ਪਿੰਡ ਮੌੜਾ ਹੈ ਅਤੇ ਜਿਹੜੇ ਉੱਡਣ ਵਾਲੇ ਕਬੂਤਰ ਆ ਉਹ ਬਾਈ ਜੀ ਇੱਧਰ ਚੀਨਾ ਜਿਹੜਾ ਮਾਨਸਾ ਇੱਥੇ ਇਹ ਤਾਮਕੋਟ ਆਉਂਦੇ ਆ ਇਵੇਂ ਹੈ ਜੀ ਜਿੰਨੇ ਵੀ ਬੱਚੇ ਬਾਈ ਕਢਾਉਂਦੇ ਆ ਕਿਉਂਕਿ ਮੈਨੂੰ ਅੱਜ ਪਤਾ ਲੱਗਿਆ ਕਿ ਬਾਈ ਜੀ ਕੋਈ ਸਰਕਾਰੀ ਜੋਬ 'ਤੇ ਹੈ ਕਿਉਂਕਿ ਇਹਨਾਂ ਕੋਲ ਟਾਈਮ ਘੱਟ ਹੁੰਦਾ ਉੱਥੇ ਕਬੂਤਰ ਉਡਾਉਣ ਦਾ ਅਤੇ ਉਹ ਜਿੰਨੇ ਵੀ ਕਬੂਤਰ ਆ ਬਾਈ ਜੀ ਇੱਥੇ ਚੀਨਾ ਕਢਾਉਂਦੇ ਆ ਅਤੇ ਸਾਰੇ ਬੱਚੇ ਤੁਸੀਂ ਲਿਆਉਂਦੇ ਜੀ ਇੱਥੇ ਬਾਈ ਜਿਹੜੇ ਲਾਸਟ ਆਪਣੇ ਲਾਸਟ ਈਅਰ ਸੀਗੇ ਜੀ ਉਹ ਤਾਂ ਸਾਡੇ ਜਿਹੜੇ ਇੱਥੇ ਹੁੰਦੇ ਸੀਗੇ ਜੀ ਅਤੇ ਦੂਜੇ ਕਬੂਤਰ ਮੌੜੇ ਹੁੰਦੇ ਸੀ ਜੀ ਉਹ ਬਾਈ ਨੇ ਦੱਸਦਾ ਬਾਈ ਦਿਲਚਸਪੀ ਘੱਟ ਲੈਂਦੇ ਜੀ ਕਿਉਂਕਿ ਕਾਫੀ ਟਾਈਮ ਹੋਏ ਕਬੂਤਰ ਰੱਖਿਆ ਨਾ ਉਹਨਾਂ ਬਾਈ ਨੂੰ ਕਰੇਜ ਇਹ ਨਹੀਂ ਸਾਡੇ ਜਿੰਨਾ ਜੀ ਸਾਨੂੰ ਸ਼ੌਂਕ ਬਹੁਤ ਜ਼ਿਆਦਾ ਆ ਜੀ ਅਤੇ ਬਾਈ ਨੂੰ ਬਾਕੀ ਬਾਈ ਦੀ ਜੋਬ ਕਰਕੇ ਜੀ ਟਾਈਮ ਘੱਟ ਦਿੱਤਾ ਜਾਂਦਾ ਸਾਰਾ ਬੰਦਾ ਸਿਰ 'ਤੇ ਬਿਠਾ ਹੁੰਦੇ ਉੱਥੇ ਬਾਈ ਅਤੇ ਸਾਨੂੰ ਐਂ ਹੁੰਦਾ ਵੀ ਬਾਈ ਵੀ ਸਾਡੇ ਜਿੰਨਾ ਜੋਰ ਲਾਉਣ ਅਤੇ ਸਾਡਾ ਮਤਲਬ ਸੈਟਿੰਗ ਨਹੀਂ ਬਣਦੇ ਸੀ ਫਿਰ ਹੁਣ ਐਤਕੀ ਤੋਂ ਬਾਈ ਸਾਰੇ ਜੋੜੇ ਉੱਥੇ ਕਰਤੇ ਜੀ ਅਤੇ ਬੱਚੇ ਬਾਈ ਜਿਹੜੇ ਸਾਡੇ ਇਕੱਠੇ ਇੱਥੇ ਗੁਜ਼ਾਰੇ ਕੰਮ ਲਓ ਜੀ ਜਿਹੜੀ ਆਪਾਂ ਰੋਟੀ ਖਾਂਦੇ ਸੀ ਬਾਈ ਨੇ ਜ਼ਿਕਰ ਕੀਤਾ ਸੀ ਮੇਰੇ 'ਤੇ ਭਾਰ ਵਧਾ ਤਾ ਬਾਈ ਚੀਨੇ ਨੇ ਕਬੂਤਰ ਛੱਡ ਕੇ ਉੱਥੇ ਕਹਿੰਦਾ ਪਹਿਲਾਂ ਮੈਨੂੰ ਇੱਕ ਬੰਦਾ ਰੱਖਣਾ ਪੈਂਦਾ ਸੀ ਹੁਣ ਬਾਈ ਕਹਿੰਦਾ ਮੈਨੂੰ ਦੋ ਬੰਦੇ ਰੱਖਣੇ ਪੈਂਦੇ ਪਤਾ ਕੀ ਚੱਕਰ ਹੈ ਜੀ ਬਾਈ ਉੱਥੇ ਨਾ ਜਿਹੜਾ ਬਾਈ ਦਾ ਸਿਸਟਮ ਹੈ ਜੀ ਜ਼ਿਆਦਾ ਸਿਕਿਉਰਿਟੀ ਬਹੁਤ ਜ਼ਿਆਦਾ ਟਾਈਟ ਉੱਥੇ ਕੰਮ ਇੱਥੇ ਬਾਈ ਮੈਂ ਮਾਨਸਾ ਨੂੰ ਹੀ ਪਰਮ ਘਰੇ ਹੁੰਦੇ ਜਿਹੜੇ ਸਾਰਾ ਕੰਮ ਬੰਦਿਆਂ ਸਿਰ 'ਤੇ ਸੀਗੇ ਉੱਥੇ ਬਾਈ ਆਰ ਵਿੱਚ ਨੇ ਜੀ ਇੱਕ ਖੁੱਡੇ ਵੀ ਤੀਜੀ ਮੰਜ਼ਿਲ 'ਤੇ ਆ ਉੱਥੇ ਬਾਈ ਐਂ ਕੱਢਣ ਕਢਾਉਣ ਡਰ ਨਹੀਂ ਹੈਗਾ ਜੀ ਅਤੇ ਬਾਕੀ ਅਸੀਂ ਬੱਚੇ ਗਏ ਹੁਣ ਤਾਂ ਜ਼ੋਰ ਲਾ ਲਾਂਗੇ ਬਾਈ ਬੱਚੇ ਕਢਾਉਂਦੇ ਲਾ ਲੈਣਗੇ ਜੀ ਬਰਾਬਰ ਹੀ ਕੰਮ ਦਿੱਤਾ ਬਾਈ ਲਓ ਜੀ ਆ ਗਈ ਤੁਹਾਡੀ ਅੱਜ ਗੱਲ ਵੀ ਕਲੀਅਰ ਹੋ ਗਈ ਕਹਿੰਦਾ ਕਿਤੇ ਟਾਈਮ ਹੁੰਦਾ ਜਾਂ ਬਾਈ ਨੇ ਕਹਿ ਤਾ ਬਾਈ 'ਤੇ ਵੀ ਭਾਰ ਪਾਈਏ ਠੀਕ ਹੈ ਅਤੇ ਬਾਈ ਨੇ ਪਹਿਲਾਂ ਹੀ ਜੇਕਰ ਰੋਟੀ ਖਾਂਦੇ ਸੀ ਕੀਤਾ ਸੀਗਾ ਕਿ ਮੇਰੀ ਟੈਨਸ਼ਨ ਵਧਾ ਦੀ ਉੱਥੇ ਕਬੂਤਰ ਛੱਡ ਕੇ ਚੋਰੀ ਦੇ ਡਰ ਤੋਂ ਬਾਈ ਨੇ ਕਬੂਤਰ ਉੱਥੇ ਛੱਡਿਆ ਟੈਨਸ਼ਨ ਹੈ ਤੁਹਾਨੂੰ ਵੀ ਚੋਰੀ ਨਾ ਹੋ ਜਾਣ ਹੋਰ ਇਹ ਆਰਾਮ ਨਾਲ ਇੱਥੇ ਤਾਣ ਕੇ ਪਾ ਜਾਂਦਾ ਹੋਰ ਬਾਜੀਆਂ ਜਿਹੜੀਆਂ ਜਿੱਥੇ ਤੁਹਾਨੂੰ ਨਾਮ ਬੱਲੂ ਮੌੜ ਦਾ ਪੂਰਾ ਪ੍ਰੋਪਰ ਬਾਈ ਜੀ ਤੁਹਾਡੇ ਏਰੀਏ ਦੇ ਵਿੱਚ ਜਦੋਂ ਨਾਂ ਚਮਕਿਆ ਲੋਕ ਜਾਣਨ ਲੱਗ ਗਏ ਸੀ ਉਹ ਕਿਹੜੀ ਬਾਜੀ ਸੀ ਇਹੀ ਨਾਕਰੇ ਵਾਲੀ ਬਾਜੀ ਸੀ ਨਾਕਰੇ ਵਾਲੀ ਤੁਹਾਡਾ ਪ੍ਰੋਪਰ ਨਾਮ ਬਹੁਤ ਬਾਜੀ ਸਾਡੇ ਏਰੀਏ 'ਤੇ ਬਾਜੀ ਕੋਈ ਹਜੇ ਪਿੰਡ ਨਹੀਂ ਕਈ ਕਈ ਵਾਰੀ ਪੰਜ ਪੰਜ ਵਾਰ ਜਿੱਤੇ ਪਿੰਡ ਜੀ ਨਵਾਂ ਕਰੇ ਆਪਾਂ ਬਾਈ ਮਤਲਬ ਘੱਟ 15 ਵਜੇ ਜਿੱਤੇ ਹੋਣਗੇ ਲਗਾਤਾਰ ਜੀ ਹਰ ਸਾਲ ਦੇਵ ਬਰਨਾਲੇ ਦਾ ਵੀ ਨਾਂ ਸੁਣਿਆ ਕੋਟੇ ਵਾਲੇ ਕਬੂਤਰ ਉਹਨਾਂ ਨਾਲ ਵੀ ਕਦੇ ਫਾਈਟ ਹੋਈ ਹੈ ਤੁਹਾਡੀ ਬਹੁਤ ਵਾਰੀ ਹੋਈ ਅਸੀਂ ਗੁਰਭਾਈ ਮਤਲਬ ਗੁਰਭਾਈ ਠੀਕ ਹੈ ਕਿਉਂਕਿ ਉਹਨਾਂ ਨੇ ਮੈਨੂੰ ਇੱਕ ਵਾਰੀ ਫੋਨ ਕੀਤਾ ਦੱਸਦੇ ਮੇਰੇ ਕੋਲ ਕੋਟਿਆਂ ਵਾਲੇ ਕਬੂਤਰ ਹੋਰ ਵੀ ਕਾਫੀ ਤੁਹਾਡੇ ਏਰੀਏ ਦੇ ਹੈਗੇ ਆ ਸਟਾਰ ਕਬੂਤਰ ਬਾਜ਼ ਉੱਥੇ ਦੇ ਉਹਨਾਂ ਦੇ ਨਾਲ ਕਦੇ ਕੋਈ ਬਾਜ਼ੀ ਮਤਲਬ ਇੱਕ ਹੁੰਦੀ ਆ ਆਪਣੇ ਵੀ ਆਪਣੇ ਕਿਸੇ ਨੇ ਬਾਜ਼ੀ ਵੰਡੀ ਨਹੀਂ ਅਤੇ ਆਪਣਾ ਕਬੂਤਰ ਜਿੱਤ ਜਾਂਦਾ ਜਾਂ ਹੋਰ ਨਾਮੀ ਬਾਜ਼ੀ ਕੋਈ ਹੁੰਦੀ ਆ ਕਈ ਵਾਰੀ ਉਸ ਬਾਜ਼ੀ ਬਾਰੇ ਵੀ ਜ਼ਰੂਰ ਕੋਈ ਜ਼ਿਕਰ ਹੈਗਾ ਤਾਂ ਕੋਈ ਬਹੁਤ ਜਿੱਤੇ ਖੜਿਆਲ ਛੱਡੀ ਸੀ ਅਤੇ 46 ਮਿੰਟ ਦੀ ਵਿੱਚ ਪਈ ਆ ਬੜੀ ਫਰਿੱਜ ਜਿੱਤੀ ਗਾਜੇਵਾਲ ਛੱਡੀ ਉੱਥੇ ਵਿੱਚ ਪਈ 48 ਮਿੰਟ ਦੀ ਉੱਥੇ ਫਰਿੱਜ ਜਿੱਤੀ ਅਤੇ ਈਲਵਾਲ ਛੱਡੀ ਉੱਥੇ ਆਪਾਂ ਮੋਟਰਸਾਈਕਲ ਜਿੱਤਿਆ ਜੀ ਅਤੇ ਬਾਅਦ ਜਦੋਂ ਬਹੁਤ ਜਿੱਤੇ ਹਰੇ ਹੀ ਬਹੁਤ ਜਿਵੇਂ ਬਾਈ ਜੀ ਅੱਜ ਆਏ ਆ ਵਿੱਕੀ ਗਾਮੀ ਆਏ ਬਾਈ ਚੱਕਾ ਕਿਲਾ ਆਏ ਉਸ ਏਰੀਏ ਦੇ ਕਦੇ ਕੋਈ ਕਬੂਤਰ ਬਾਜ਼ ਆਪਣੇ ਖਿਡਾਰੀ ਆਏ ਹੋਣ ਜਿਹਨਾਂ ਨਾਲ ਬਾਜ਼ੀ ਸਾਂਝੀ ਕੀਤੀ ਹੋਵੇ ਹਾਂਜੀ ਇਹਨਾਂ ਨਾਲ ਆਪਣੀ ਬਾਜ਼ੀ ਸਾਂਝੀ ਹੁੰਦੀ ਸ਼ੁਰੂ ਕੀਤੀ ਜੀ ਅਤੇ ਬਹੁਤ ਸਮੇਂ ਸਾਂਝੇ ਕੀਤੇ ਨੇ ਅਤੇ ਆਦਮੀ ਸਾਂਝੀ ਕਰੀ ਉੱਥੇ 5 ਵਜੇ ਨਿਬੜੀ ਆਪਣਾ 7 ਵਜੇ ਬੈਠਿਆ ਕਬੂਤਰ ਕਾਪੜਾ ਇੱਕ ਤੋਂ ਭੱਪੇ ਦਾ ਸੱਤਾਂ ਟਾਈਮ ਦਿੱਤਾ ਕਬੂਤਰ ਨੂੰ ਅਤੇ ਬਹੁਤ ਬਾਜ਼ੀ ਮਤਲਬ ਯਾਦ ਵੀ ਹੈਗਾ ਜੀ ਟਾਈਮ ਦੀ ਗੱਲਾਂ ਨੇ ਜੀ ਮਤਲਬ ਫੈਮਿਲੀ 'ਚ ਹੋਰ ਕਿਸੇ ਨੂੰ ਵੀ ਸ਼ੌਕ ਆ ਨਹੀਂ ਆਪਣੇ ਇੱਕ ਬਿਨਾਂ
ਭਾਈ ਜੀ ਚੀਨੇ ਜਿਹੜਾ ਮਾਨਸੇ ਨਾਲ ਕਿਵੇਂ ਤਾਲਮੇਲ ਹੋਇਆ ਤੁਹਾਡਾ ਮੋਹਰ ਇਹਨਾਂ ਨਾਲ ਕਿਵੇਂ ਵਧਿਆ? ਹਾਂਜੀ, ਅਤੇ ਮੈਂ ਸੀਨੀਅਰ ਬਾਈ ਛੱਡੀ ਸੀ ਜੀ, ਉੱਥੇ ਮਿਲੇ ਸੀ ਮੈਨੂੰ ਮਿਲੇ ਜੀ, ਉੱਥੇ ਮੈਨੂੰ ਮਿਲੇ। ਕਿਵੇਂ ਬਾਈ ਜੀ ਦਾ ਤੁਹਾਨੂੰ ਸੁਭਾਅ ਵਧੀਆ ਲੱਗਿਆ ਜਾਂ ਕੀ ਬਾਈ ਜੀ ਨਾਲ ਕਿਵੇਂ ਤੁਹਾਡਾ ਅੱਗੇ ਉਸ ਤਰ੍ਹਾਂ ਦਾ ਲੈਣ ਦੇਣ ਵਧਿਆ? ਬਾਈ ਮੈਨੂੰ ਨਾ ਜੀ ਪਹਿਲਾਂ ਸ਼ੌਂਕ ਹੈ ਜੀ, ਮੇਰਾ ਇੱਕ ਮਿੱਤਰ ਸੀ ਮਾਨਸਾ ਜੀ, ਉਹਨੂੰ ਜ਼ਿਆਦਾ ਸ਼ੌਂਕ ਸੀ, ਮੈਂ ਉਹਦੇ ਨਾਲ ਬਾਜੀ ਹੋਈ ਜਾਂਦਾ ਸੀ ਜੀ, ਬਸ ਵੀ ਐਂ ਪਤਾ ਸੀਗਾ ਵੀ ਆਹ ਕਬੂਤਰ ਐਂ ਬਾਜੀ ਹੁੰਦੀ ਸਾਰਾ, ਮਤਲਬ ਕਿ ਵੀ ਆਪਦੇ ਕੋਈ ਨਾ ਰੱਖੇ ਸੀ ਅਤੇ ਨਾ ਹੀ ਕੋਈ ਜ਼ਿਆਦਾ ਉਹ ਸੀਗਾ ਜੀ ਜੀ, ਮੇਰੇ ਫਰੈਂਡ ਕਰਕੇ ਉਹ ਸੀ, ਉਹ ਅਸੀਂ ਬਾਜੀਆਂ ਲੋਕਾਂ ਕੋਲ ਬਹੁਤ ਗੁਣ ਗਏ ਜੀ, ਕਿਸੇ ਨੇ ਜਾ ਕੇ ਗੰਦ ਕਬੂਤਰ ਫੜਾ ਦਾ, ਕਿਸੇ ਨੇ ਬਾਹਰ ਚੋਂ ਮੋੜਤਾ, ਕਿਸੇ ਨੇ ਖੁੱਡ 'ਚ ਫੜੇ ਹੋਏ ਛੁੜਾ ਦੇ, ਸਭ ਕੁਝ ਚੱਲੀ ਗਿਆ ਜੀ, ਬਹੁਤ ਤਪੱਸਿਆ ਕਰੀ ਮਤਲਬ ਉਹ ਮੁੰਡੇ ਨਾਲ ਆਪਾਂ। ਉਸ ਤੋਂ ਬਾਅਦ ਅਸੀਂ ਬਾਈ ਸੇਮੇ ਬਾਈ ਛੱਡੀ ਸੀ ਅਤੇ ਬਾਈ ਦੀ ਪੂਰੇ ਲਾਲ ਟੋਸੇ ਸੀਗੇ, ਅਸੀਂ 10-15 ਜਾਣੇ ਸੀ, ਅਸੀਂ ਬਹੁਤ ਨਿਗਾਹ ਨਾਲ ਰੱਖੀ, ਜਿਵੇਂ ਮਰਜ਼ੀ ਸਮਝ ਲਓ ਵੀ ਐਂ ਸੀ ਵੀ ਆਹ ਕਬੂਤਰੀ ਫੜਨੀ ਆ, ਸੱਚਾਈ ਤਾਂ ਇਹ ਜੀ। ਅਤੇ ਦੂਜਾ ਥੱਲੇ ਕਿਸੇ ਦਾ ਬਹਿੰਦਾ ਫਿਰਦਾ ਸੀਗਾ ਜੀ, ਅਤੇ ਉਹ ਇਕੱਲੀ ਖੜੀ ਸੀ, ਜਦੋਂ ਅਸੀਂ ਬਾਈ ਨਿਬੜ ਗਈ ਅਤੇ ਅਸੀਂ ਗਏ ਥੱਲੇ, ਕਿਸੇ ਛਾਤੀ 'ਤੇ ਭਾਰੀ ਪਈ, ਉਹ ਮਤਲਬ ਅੱਧਾ ਘੰਟਾ ਵੱਧ ਰੁੱਟੀ, ਸਾਨੂੰ ਐਂ ਕਿਤੇ ਹੋਰ ਦੀ ਸਾਨੂੰ ਨਿਕਲ ਸੀ ਬਾਈ ਦੀ ਆ, ਅਤੇ ਬਾਈ ਸਾਡੇ ਨਾਲ ਬੈਲੀ ਉੱਥੇ ਖੜੇ ਜੀ, ਉਹ ਬੰਦਾ ਦੇ ਵੀ ਨਾ ਸੀ ਆ ਕੇ ਚੱਲ ਹੁਣ ਫੜੀ ਤਾਂ ਗਈ ਨਹੀਂ ਵੀ ਬਾਈ ਦੀ ਹੈਲਪ ਕਰਕੇ ਹੀ ਨੰਬਰ ਬਣਾ ਲਈਏ, ਅਜੇ ਘਰ ਦਿਓ ਕਬੂਤਰ ਹੀ ਵੀ ਬਾਈ ਦੀ, ਉਹਨੇ ਫਿਰ ਉਹਦਾ ਮਾਰਦੇ ਬਾਈ ਫਿਰ ਫਿਰ ਢੰਗੀ ਚੜ ਗਈ ਉਹ, ਅਸੀਂ ਉੱਥੇ ਬਹੁਤ ਉੱਡੀ ਆ ਲੋਕਾਂ ਦਾ, ਲੋਕ ਦਾ ਘਰੇ ਘਰੇ ਹੀ ਵਗੇ ਵੀ ਯਾਰ ਬਾਈ ਦਾ ਬੜਾ ਉੱਡਿਆ, ਮੇਰਾ ਮਿੱਤਰ ਸੀ ਜਿਹੜਾ ਬਾਈ ਪਿਆ ਕਹਿੰਦਾ ਜੀ ਮੋੜ ਵਾਲਾ ਮਾਸਟਰ ਹੈ ਵੀ ਇਹ, ਅਸੀਂ ਬਾਈ ਦਾ ਨੰਬਰ ਨੰਬਰ ਲਿਆ ਚੰਡੀਗੜ੍ਹ ਪੜ੍ਹਦੇ ਸੀ ਬਾਈ, ਉਦੋਂ ਉੱਥੇ ਉਹ ਬਾਈ ਨੂੰ ਫੋਨ ਲਾਇਆ ਬਾਈ ਕਹਿੰਦੇ ਆ ਜਾਓ, ਅਤੇ ਪਹਿਲੀ ਵਾਰ ਗਏ ਜੀ ਬਾਈ, ਅਸੀਂ ਬਾਈ ਛੋਟੇ ਕਬੂਤਰ ਵਾਜ ਸੀਗੇ ਵੀ ਥੋੜ੍ਹੇ ਕਬੂਤਰ ਕਬੂਤਰ, ਨਾ ਹੀ ਕਦੇ ਇੰਨੇ ਕੱਪ ਕੁੱਪ ਵੇਖਦੇ, ਨਾ ਜਿਹੜਾ ਸੈਟਅਪ ਦੇਖਦੇ, ਉੱਥੇ ਬਾਈ ਦੇ 5-7 ਬੰਦੇ ਬਦਾਮ ਬਦੂਮ ਪਾਈ ਜਾਣ, ਕੋਈ ਬਾਹਰ ਸੀ ਜੀ ਉੱਥੇ ਮੁੰਡੇ ਉਦੋਂ, ਅਤੇ ਅਸੀਂ ਬਹੁਤ ਪ੍ਰਭਾਵਿਤ ਹੋਏ ਸੀਗਾ, ਜਗਾਲੀ ਬੜਾ ਤਗੜਾ ਇਹਦਾ, ਅਤੇ ਬਾਈ ਨੂੰ ਉਹ ਮੇਰੇ ਨਾਲ ਵਾਲੇ ਮੁੰਡੇ ਨੇ ਪੁੱਛਿਆ ਬਾਈ ਤੇਰੇ ਚੇਲੇ ਬਣਨਾ, ਬਾਈ ਨੇ ਤੁਹਾਨੂੰ ਚਿੱਟਾ ਜਵਾਬ ਦਿੰਦਾ, ਬਾਈ ਕਹਿੰਦਾ ਮੈਂ ਚੇਲੇ ਤਾਂ ਨਹੀਂ ਬਣਾਉਂਦਾ ਵੀ ਜੇ ਮੇਰੇ ਕੋਲ ਤੁਸੀਂ ਆਰਾਮ ਕਰੋਗੇ ਬੰਦੇ ਚੰਗੇ ਲੱਗੇ ਅਤੇ ਤੁਹਾਨੂੰ ਨਾਲ ਜੋੜ ਲੂੰਗਾ ਵੀ ਚੇਲਾ ਨਹੀਂ ਬਣਾਉਂਦਾ, ਅਸੀਂ ਰਾਤ ਕੋ ਬਾਈ ਐਂ ਕਰਦੇ ਆ ਵੀ ਯਾਰ ਆਪਣੀ ਨੇ ਬੇਇੱਜ਼ਤੀ ਹੋ ਗਈ, ਅਤੇ ਬਾਈ ਉਦੋਂ ਬਾਅਦ ਬਸ ਬਾਈ ਨਾਲ ਇਹੋ ਜਿਹਾ ਪ੍ਰੇਮ ਪਿਆ ਜੀ, ਇੱਕ ਗੱਲ ਹੀ ਬਾਈ ਤੋਂ ਮਿਲਣ ਤੋਂ ਪਹਿਲਾਂ ਕਾਫੀ ਪੈਸੇ ਵੀ ਖਰਾਬ ਕੀਤੇ, ਸਾਰਾ ਕੁਝ ਕਰਿਆ ਜੀ ਬਾਈ, ਜਿਹੜੇ ਲੋਕ ਚਲੋ ਆਪਾਂ ਕਿਸੇ ਦੇ ਬਾਰੇ ਨਹੀਂ ਕਹਿਣਾ ਚਾਹੁੰਦੇ, ਬਾਈ ਸਵੇਰੇ ਇੱਕ ਬੋਤਲ ਦੇ ਕੇ ਆਉਂਦੇ ਜੀ, ਸ਼ਾਮ ਨੂੰ ਫਿਰ ਜਾਂਦੇ ਮੋਟਰਸਾਈਕਲ 'ਤੇ, ਅਤੇ ਮਤਲਬ ਮਜ਼ਾਕ ਬਹੁਤ ਬਣਵਾਇਆ ਜੀ ਆਪਦਾ, ਜਦੋਂ ਬਾਈ ਕੋਲ ਗਏ ਜੀ ਬਾਈ ਉਦੋਂ ਪਤਾ ਲੱਗੇ ਸਾਨੂੰ, ਤਾਂ ਇਹ ਵੀ ਨਹੀਂ ਪਤਾ ਜੀ ਬਾਈ ਦਾਣੇ ਕਿਵੇਂ ਪਾਉਂਦੇ ਆ, ਅਤੇ ਨਾ ਕਦੇ ਬਾਈ ਜਿੱਤੇ ਸੀ ਜੀ, ਕੋਈ ਗੱਲ ਕੀਤੀ ਸੀ ਤੁਸੀਂ ਡੱਗ ਕਬੂਤਰਾਂ ਨੂੰ ਡੱਗ ਫੜਾ ਦਿੰਦੇ ਸੀ, ਜਮਾਂ ਸਰਿਆ ਉਹ ਡੱਗ ਕਬੂਤਰ ਮਤਲਬ ਕਿਹੜਾ ਸੀਗਾ ਜਿਹੜਾ ਛੱਡਦੇ ਸਾਰੇ ਕੋਈ ਕੋਈ ਘੱਟਾ ਨਹੀਂ ਬਨੇਰੇ 'ਤੇ ਬਹਿੰਦਾ ਸੀ ਬਾਈ, 12 ਕਦੇ ਬਜਾਇਆ ਹੀ ਨਹੀਂ ਸੀ ਬਾਈ, ਠੀਕ ਹੈ ਪਹਿਲਾਂ ਰੋਟੀ ਵੀ ਨਹੀਂ ਖਾ ਦਿੰਦੇ ਸੀਗੇ, ਠੀਕ ਹੈ ਪਹਿਲੀ ਹਰ ਘਰੇ ਆ ਜਾਂਦੇ ਸੀ, ਅਤੇ ਜਦੋਂ ਬਾਈ ਕੋਲ ਵਗ ਗਏ ਜੀ, ਉਸ ਤੋਂ ਬਾਅਦ ਬਾਈ ਪਹਿਲੇ ਸਮੇਂ ਜਦੋਂ ਮੈਂ ਬਾਈ ਛੱਡੀਆਂ ਜੀ, ਅਤੇ ਬਾਈ ਅਨੇਕਾਂ ਹੀ ਬਾਈ ਉੱਥੇ, ਕੋਈ ਫਰਿੱਜ ਕੂਲਰ 4 ਮੋਟਰਸਾਈਕਲ, ਬਾਈ ਸਵੇਰ ਦਾ ਮਤਲਬ ਵੀ ਆਇਆ ਵੀ ਹੁਣ ਤਾਂ ਤੁਹਾਡੇ ਇੰਟਰਵਿਊ ਕਰਾਉਣ ਚੁੱਕੀ ਹੈ, ਕਿੰਨੇ ਮਤਲਬ ਸਾਲ 6 ਮਹੀਨੇ ਬਾਈ ਨੇ ਤੁਹਾਨੂੰ ਪਰਖਣ 'ਤੇ ਲਾਏ? ਇੱਕ ਸੀਜ਼ਨ ਨਹੀਂ, ਬਾਈ ਨਾਲ ਬਾਈ 2 ਸਾਲ ਰਹੇ ਜੀ, ਉਹ ਮੇਰਾ ਮਿੱਤਰ ਸੀ ਜਿਹੜਾ ਮਤਲਬ ਕਿ ਅਸੀਂ ਐਂ ਰਹੇ ਬਾਈ ਨਾਲ, ਉਸ ਤੋਂ ਬਾਅਦ ਬਾਈ ਮੈਂ ਆਪ ਕਬੂਤਰ ਰੱਖਿਆ, ਹਾਂਜੀ 2017 'ਚ ਪਹਿਲੇ ਸਾਲ ਤਾਂ ਕਿਹੜੇ ਬਾਈ ਜੀ ਤੁਸੀਂ ਇਹਨਾਂ ਨੂੰ ਮਤਲਬ ਫਿਰ ਵਿਸ਼ਵਾਸ ਜਦੋਂ ਤੁਹਾਨੂੰ ਪੂਰਾ ਆ ਗਿਆ ਕਿੰਨੇ ਬੰਦੇ ਸਹੀ ਹੈ ਇਹ, ਅਤੇ ਕਿਹੜੇ ਕਬੂਤਰ ਇਹਨਾਂ ਨੂੰ ਬਾਈ ਹੋਰਾਂ ਨੂੰ ਦਿੱਤੇ? ਪਹਿਲਾਂ ਜੀ ਮੈਨੂੰ ਸੀਬੀਆਈ ਦੀ ਮਾਫ਼ੀ ਦਿੱਤੀ ਇਹਨਾਂ ਨੂੰ, ਉਹ ਵੀ ਦਿੱਤੇ, ਹਾਂਜੀ ਜਿਹੜੀ ਛੱਡੀ ਮਾਈ ਦੀ ਮਾਫ਼ੀ ਵੀ ਦਿੱਤੀ, ਉਦੋਂ ਬਾਅਦ ਤਾਂ ਜਿਹੜਾ ਮਰਜ਼ੀ ਲੈ ਜਾਵੇ ਘਰ ਇੱਕ ਘਰ ਹੀ ਵੜ ਗਈ, ਇੱਕੋ ਗੱਲ ਬਾਤ, ਇੱਕੋ ਗੱਲ ਬਾਤ। ਅਤੇ ਜਦੋਂ ਬਾਈ ਨੇ ਕਬੂਤਰ ਤੁਹਾਨੂੰ ਦੇ ਦੇ ਲਿਆ ਕੇ ਤੁਸੀਂ ਬੱਚੇ ਚੜ੍ਹਾ ਕੇ ਡਾਏ, ਮਨ ਖੁਸ਼ ਹੋ ਗਿਆ ਪੂਰਾ? ਮਨ ਖੁਸ਼ ਬਾਈ ਪਹਿਲੀ ਵਾਰੀ ਨਾ ਜੀ, ਅਸੀਂ ਜਿੱਦਾਂ ਪਹਿਲੀ ਵਾਰ ਛੱਡਣੇ ਸੀ ਲਹਿਰੇ ਧੂਰਕੁੜ ਬਾਈ ਸੀ, ਸਾਡਾ ਮੁੰਡਾ ਲਸਮਣ ਤੇ ਵਿੱਕੀ, ਉਹ ਆਪਣੇ ਲੋਕ ਤੋਂ ਬਾਜੀ ਛੱਡਦਾ ਸੀਗਾ, ਅਸੀਂ ਪਹਿਲੀ ਵਾਰੀ ਛੱਡਣੇ ਸੀਗਾ ਵਿੱਕੀ ਵੀ ਆਪਾਂ ਲਹਿਰੇ ਧੂਰਕੁੜ ਬਾਜੀ, ਕਹਿੰਦਾ ਉੱਥੇ ਆਪਾਂ ਨੂੰ ਸਾਨਾ 'ਚ ਕੌਣ ਜਿੱਤਣ ਦੇਊਗਾ, ਅਤੇ ਅਸੀਂ ਬਾਈ ਇੱਥੇ ਮਾਖੇ ਚਾਹਾਂ ਬਾਈ ਛੱਡਤੀ ਉਹੀ, ਜੋ ਲਹਿਰੇ ਧੂਰਕੁੜ ਤੋਂ ਡਰਾਤੇ ਵੀ ਉੱਥੇ ਨਹੀਂ ਛੱਡਣਾ, ਸਾਰੇ ਖਿਡਾਰੀ ਹੋਣਗੇ, ਅਤੇ ਬਾਈ ਨੇ ਸਾਨੂੰ ਬਹੁਤ ਗਾਲਾਂ ਕੱਢੇ, ਕਹਿੰਦੇ ਉੱਡਣਾ ਦਾ ਕਬੂਤਰ ਨੇ ਆ ਵੀ, ਅਤੇ ਇੱਥੇ ਛੱਡਦੇ ਜੀ ਕੂਲਰ ਜਿੱਤ ਕੇ ਪਹਿਲੀ ਵਾਰੀ ਨੂੰ, ਫਿਰ ਤਾਂ ਜੀ ਬਾਈ ਡਰ ਫੁੱਟ ਗਿਆ, ਫਿਰ ਤਾਂ ਸੇਮਿਆਂ ਵੀ ਉਹੀ ਸੀਜ਼ਨ, ਲਹਿਰ ਧੂਰਕੁੜ ਤੋਂ 10 ਕਿਲੋਮੀਟਰ ਵੀ ਹੋ ਗਈ ਸੀ, ਉੱਥੋਂ ਫਿਰ ਜਿੱਤੇ ਝੱਬਰ ਤੋਂ, ਫਿਰ ਜਿੱਦੂ ਅਗਲੇ ਦਿਨ ਜਿੱਤੇ ਜੀ, ਬਹੁਤ ਚਜਰਾੜੀਆਂ ਤੋਂ ਤਾਂ ਪਈ ਆ, ਹਾਂਜੀ ਚਜਰਾੜੀਆਂ ਉਹ ਵੀ ਸੀਜ਼ਨ ਪਹਿਲੇ ਸਾਲ ਮੋਟਰ ਜਿੱਤੇ ਚਤਰਾਲੀ ਪਿੰਡ ਤੋਂ ਜੀ। ਇੱਕ ਗੱਲ ਕਰਦੇ ਹਾਂ ਕਿ ਕਾਫੀ ਮਤਲਬ ਸੋਸ਼ਲ ਮੀਡੀਆ 'ਤੇ ਤੁਹਾਡੀ ਇੱਕ ਜਿਹੜੀ ਹੈ ਬਾਜੀ
शहर के नेड़े ही पिंड सीगा चौक थापी बड़ी मशहूर हुई थी बई वो देखो जी आप नरवाई ना रहने बंद बई नहीं सिखाया बाकी बई मिट्टी तो भी बहुत कई बार झड़क पैदा जी ਵੀਡੀਓ ਬਣ ਗਈ ਜਿਹੜੇ ਨਗਰ ਦੇ ਬੰਦੇ ਪਿੰਡ ਦੇ ਬੰਦੇ ਥਾ ਉਹਨਾਂ ਨੇ ਭੰਗੜੇ ਭਾਈ ਥਾਪੀ ਨੇ ਮਾਰੇ ਉੱਥੇ ਉਹ ਬਈ ਬਾਜੀ ਵੱਡੀ ਪੰਜ ਬੰਦੇ ਮੰਡਲ ਨੂੰ ਕਹਿੰਦੇ ਸੀ ਇੱਕ ਬੰਦੇ ਨਹੀਂ ਬਣਦੇ ਸੀ ਬਾਅਦ ਚ ਤਾਂ ਆਪਾਂ ਜਿੱਤੀ ਗਏ ਇਕੱਲੇ ਤੇ ਬਾਜੀ ਕਿਸੇ ਨਾਲ ਆਪਣੀ ਹੋਈ ਨਹੀਂ ਸੀ ਜੀ ਪਹਿਲਾਂ ਵੰਡਣ ਨੂੰ ਕਹਿੰਦੇ ਸੀ ਉਹ ਸਾਰੇ ਬੰਦੇ ਜਿਹੜੇ ਨੂੰ ਜਵਾਬ ਦਿੱਤੇ ਸਾਰਿਆਂ ਨੇ ਭੰਗੜਾ ਭੁੰਗੜਾ ਪਾਇਆ ਬਈ ਨਿਸ਼ਾਨ ਵੀ ਉੱਥੇ ਸੀ ਲੋਕ ਬਹੁਤ ਖੁਸ਼ੀ ਮਨਾਈ ਬਾਈ ਨੇ ਥੋੜ੍ਹਾ ਜਿਹਾ ਕੈਮਰਾ ਬਈ ਨਿਸ਼ਾਨ ਕੰਨੀ ਕਰੋ ਆਪਾਂ ਇਸੇ 'ਤੇ ਹੀ ਗੱਲ ਕਰਦੇ ਹਾਂ ਬਾਜੀ 'ਤੇ ਕਿ ਕਿਵੇਂ ਬਾਈ ਉਹ ਮਹਿਸੂਸ ਹੋਇਆ ਸੀ ਬਾਈ ਨੂੰ ਇੰਨੀ ਖੁਸ਼ੀ ਚੜ੍ਹੀ ਕਿ ਇਹਨੂੰ ਸ਼ਾਇਦ ਕਿਸੇ ਨੇ ਵੀਡੀਓ ਪਾ ਦੀ ਨਹੀਂ ਪਤਾ ਨਹੀਂ ਲੱਗਣਾ ਸੀ ਅਤੇ ਤੁਹਾਨੂੰ ਜ਼ਿਆਦਾ ਜਾਣਕਾਰੀ ਉਸ ਬਾਜੀ ਬਾਰੇ ਥੋੜ੍ਹਾ ਜਿਹਾ ਹੋਰ ਚਾਨਣਾ ਹੋਊਗਾ ਜੀ ਮਤਲਬ ਲੋਕਡਾਊਨ ਕਰਕੇ ਸਭ ਤੋਂ ਵੱਡੀ ਬਾਜੀ ਸੀ ਜਿਹੜੀ ਅਸੀਂ ਛੱਡੀ ਉੱਥੇ ਰੱਖਿਆ ਨੇ ਜੀ ਮੈਨੂੰ ਲੱਗਦਾ 55,000 ਪਹਿਲੇ ਹੋਏ ਹੁੰਦੇ ਕਿਤੇ ਸੱਤ ਸੀ ਉੱਥੇ ਵਧੀਆ ਮੈਚ ਫਸੇ 6 ਵਜੇ ਤੋਂ ਬਾਅਦ 4 ਕਬੂਤਰ ਰਹਿ ਗਏ ਸੀ ਐਕਸਾਈਟਮੈਂਟ ਹੀ ਇੰਨੀ ਜ਼ਿਆਦਾ ਸੀਗੀ ਵੀ ਉਹ ਤੂੰ ਐਡ 'ਤੇ 2 ਰਹਿ ਗਏ ਗੁਰਜੀਤ ਦਾ ਰਹਿ ਗਿਆ ਸੀਗਾ ਤੀਜਾ ਜੀ ਐਡ 'ਤੇ 2 ਰਹਿ ਗਏ ਚੀਨੇ ਦਾ ਰਹਿ ਗਿਆ ਉਹ ਦੋਨੇ ਕਬੂਤਰ ਮਤਲਬ 6:30 ਰਹਿ ਗਏ ਸੀਗੇ ਅਤੇ 6:50 'ਤੇ ਮਤਲਬ ਬੰਦਾ ਰਹਿ ਗਿਆ ਐਕਸਾਈਟਮੈਂਟ ਹੀ ਐਂ ਸੀਗੀ ਦੋਨੇ ਅੱਗੇ ਪਿਛਲੀ ਅੱਗੇ ਬਹਿਣ ਲੱਗ ਗਏ ਬਸ ਮਿੰਟ ਮਤਲਬ ਦੋਨੋਂ ਦੀ ਪਹਿਲਾਂ ਫਰਕ ਪਿਆ ਉਹ ਬਹਿ ਗਿਆ ਪਹਿਲਾਂ ਜਦੋਂ ਬਹਿ ਗਿਆ ਉਹ ਬਸ ਆਇਆ ਸੀਗਾ ਜਨੂੰਨ ਜਿਹਾ ਬਹਿ ਗਿਆ ਲੋਕਾਂ ਵੀ ਇਹ ਫਲਾਣਾ ਆ ਗਿਆ ਫਲਾਣਾ ਕਿਹੜਾ ਬੈਠ ਉੱਤੇ ਆਇਆ ਹੀ ਨਾ ਸੀਗਾ ਇੱਕ ਬਾਜੀ ਤੁਹਾਡੀ ਹੋਰ ਹੈ ਸ਼ਾਇਦ ਪਿਛਲੇ ਸਾਲ ਬਾਈ ਦੀ ਉੱਠੀ ਸੀ ਸ਼ਾਇਦ 5 ਲੱਖ ਰੁਪਏ ਦੀ ਉਹ ਬਾਜੀ ਸੀ ਉਹ ਮੇਰੇ ਪਿੰਡ ਸੀ ਤੁਹਾਡੇ ਪਿੰਡ ਸੀ ਉਸ ਬਾਜੀ ਬਾਰੇ ਵੀ ਜ਼ਰੂਰ ਸਾਨੂੰ ਸੁਣਾਓ ਕਿ ਉਹ ਬਾਜੀ ਕਿਹੜਾ ਕਬੂਤਰ ਛੱਡਿਆ ਸੀ ਤੁਸੀਂ ਅਤੇ ਕਿੰਨੇ ਕਬੂਤਰ ਉਸ ਬਾਜੀ ਦੇ ਚੁੱਕੇ ਸੀ ਬਾਈ 113 ਕਬੂਤਰ ਸੀ ਸ਼ਾਇਦ ਜੀ ਘੱਟ ਵੱਧ ਵੀ ਇੱਕ ਅੱਧੇ ਦਾ ਫਰਕ ਹੋ ਰਿਹਾ ਮੋਟਰਸਾਈਕਲ ਵੀ ਸੀ ਸ਼ਾਇਦ ਮੋਟਰਸਾਈਕਲ ਨਾਲ ਉਹ ਸਟਾਰ ਤੋਂ ਵੀ ਛੱਡੀ ਸੀ ਜੀ ਆਪਾਂ 2 ਕਬੂਤਰ ਛੱਡੇ 3 ਛੱਡੇ ਸੀ ਸਾਡੀ ਚੱਲੀ ਨਹੀਂ ਬੈਠੀ ਸੀ ਜੀ 2 ਸਾਡੀ ਕਬੂਤਰ ਜਿੱਤ ਗਏ ਸਾਡੇ ਕੋਲ 5,000 ਵਿੱਚ ਰਹੀ ਗਈ ਮਤਲਬ ਇੱਕ ਜਗ੍ਹਾ ਚੱਲੀ ਸ਼ਾਇਦ ਲਾਈਵ ਚੱਲਿਆ ਸੀਗਾ ਉਹ ਅੱਗੇ ਕਬੂਤਰੀ ਇੱਕ ਵਾਰੀ ਸ਼ਾਇਦ ਕਹਿੰਦੇ ਸੀ ਤੁਹਾਡੀ ਬੈਠ ਕੀ ਉਹ ਨਹੀਂ ਬੈਠੀ ਆ ਨਹੀਂ ਸੀ ਵਾਪਸ ਉਹਦੇ ਉਹ ਟਰੱਕ ਤੋਂ ਨਹੀਂ ਹੋ ਗਈ ਸੀ ਜੀ ਆਉਂਦੀ ਆਉਂਦੀ ਬਸ ਉਹ ਵਾਰ ਵਿੱਚ ਕਹਿੰਦਾ ਬਹਿ ਗਈ ਉਹ ਨਹੀਂ ਨਿਕਲੀ ਤੁਹਾਡੇ ਪਿੰਡ ਦੀ ਮੌੜੀ ਬਾਜੀ ਸੀ ਮੌੜੀ ਸੀ ਕਬੂਤਰ ਇੱਥੋਂ ਛੱਡੇ ਸੀ ਤਾਂ ਨਾਮ ਤੇ ਤੁਹਾਡੇ ਕੀ ਸੀ ਹਾਂਜੀ ਉਹਦੇ 'ਚ ਬਾਈ 113 ਕਬੂਤਰ ਸੀ ਸ਼ਾਇਦ 50-55 ਕਬੂਤਰਾਂ ਦੇ ਵਾਧਾ ਸੀਗਾ ਜੀ 2,000 ਰੁਪਏ ਐਂਟਰੀ ਵਾਧਾ 5,000 ਸੀ ਜੀ ਜਿਹੜਾ ਉਹਦਾ ਉਹ ਪਹਿਲਾਂ ਮੈਂ ਇੱਕ ਵਾਰ ਜ਼ਿਕਰ ਹੋਇਆ ਜੀ ਉਹਦੇ ਜਿਹੜਾ ਉਹਦੇ ਪਿਓ ਵਾਲੀ ਸਾਈਡ ਹੈ ਜੀ ਉਹ ਗਾਮੀ ਵਾਲੀ ਪਈ ਸੀ ਜਿਹੜੀ ਮਾਂ ਵਾਲੀ ਸਾਈਡ ਹੈ ਜੀ ਉਹੀ ਕੰਮ ਹੋ ਜਿਵੇਂ ਰਾਜਾ ਨੇ ਕੋਈ ਜੋੜਾ ਬੰਦ ਸੀ ਜੀ ਬਾਈ ਮਿੱਕੀ ਤੋਂ ਮੁੱਲ ਵਾਲੇ ਕਬੂਤਰ ਆਏ ਅਤੇ ਬਾਈ ਤੋਂ ਉਹ ਤੀਲ ਜੋੜੇ ਉਵੇਂ ਲੱਗ ਕੇ ਉਹ ਉਹਦੇ ਤਾਂ ਬਾਈ ਰਿਕਾਰਡ ਸੀ ਮੈਂ ਬਾਈ ਮਿੱਕੀ ਨੂੰ ਵੀਡੀਓ ਭੇਜਣਾ ਬਾਈ ਨੂੰ ਭੇਜੀ ਨਿਸ਼ਾਨ ਬਾਈ ਨੂੰ ਪਤਾ ਬਾਈ ਉਹ ਜੇ ਘਰੇ ਮੈਂ 20 ਵਾਰ ਉਹਦੀ ਵੇਖੀ ਹੈ ਤਾਂ ਬਾਈ ਜਿਵੇਂ ਕ੍ਰਿਕਟ ਵਾਲਾ ਉਹ ਨਹੀਂ ਆਪਣਾ ਕੈਚ ਕਰਨ ਵਾਲੇ ਜਿਹੜੇ ਹੁੰਦੇ ਜੀ ਅਸੀਂ ਉਹਨੂੰ ਕੈਚ ਕਰਦੇ ਕਦੇ ਖਾਂਦੇ ਨਹੀਂ ਬੜੀ ਲੋਟ ਨਹੀਂ ਖਾਂਦੇ ਸੀ ਵਿਹੜੇ 'ਚ ਅਤੇ ਇਹ ਵੀ ਬਾਈ ਨੇ ਇਹਦਾ ਨਾਲ ਜ਼ੋਰ ਲੱਗ ਬਾਈ ਮਿੱਕੀ ਦਾ ਨਾਲ ਲੱਕੜ ਰੱਖਦਾ ਜਦੋਂ ਬਾਈ ਵੀਡੀਓ ਭੇਜੀ ਮੈਂ ਅਤੇ ਉਹ ਉਹਦੇ ਕਰਵਾਈ ਸੀ ਜੀ ਉਹ 15 ਮਿੰਟਾਂ ਦੇ ਵਿੱਚ ਸੈੱਟ ਹੋ ਜਾਂਦੇ ਸੀ ਵਿਹਲੇ ਹੋ ਗਿਆ ਜਿਵੇਂ ਡਿੱਗਦੀ ਰੋਜ਼ ਵਿਹੜੇ ਸੀ ਜੀ ਜਿਵੇਂ ਖਤਮ ਹੋ ਗਏ ਅਤੇ ਮਾਨ ਸਿੰਘ ਸੱਟਾਂ ਵਾਲੀ ਸੀ ਬਹੁਤ ਜ਼ਿਆਦਾ ਬਹੁਤ ਜਲਦੀ ਜ਼ੋਰ ਬਹੁਤ ਜ਼ਿਆਦਾ ਲਾਉਂਦੀ ਸੀ ਕੈਮ ਵੀ ਕੈਮ ਵੀ ਬਹੁਤ ਜਲਦੀ ਸੀ ਅਤੇ ਇੱਕ ਗੱਲ ਉਹ 'ਚ ਰਹਿ ਗਈ ਸੀ ਬਾਈ ਜਿਹੜੇ ਵੀ ਵੱਧ 'ਚ ਕਬੂਤਰ ਸੀ ਉਹ 'ਚ ਵੀ ਦੋ ਆਪਣੇ ਦੋਨੇ ਉੱਡੀਆਂ ਆਪਣੇ ਦੋਨੇ ਹਾਂਜੀ ਵੱਧ 'ਚ ਵੀ ਹੋਰ ਕੋਈ ਇਹੋ ਜਿਹੀ ਬਾਜੀ ਜਿਹੜੀ ਮਤਲਬ ਤੁਸੀਂ ਵਧੀਆ ਕਈ ਵਾਰੀ ਹੁੰਦਾ ਨਾ ਆਪਣਾ ਜਿਵੇਂ ਕਿ ਆਪਾਂ ਬਾਜੀ ਛੱਡਣਾ ਹੁੰਦਾ ਕੋਈ ਕਬੂਤਰ ਆਪਾਂ ਨੂੰ ਉੱਥੇ ਮਾਣ ਨਹੀਂ ਹੁੰਦਾ ਵੀ ਯਾਰ ਚਲੋ ਬਾਜੀ ਆਪਣੀ ਐਂਟਰੀ ਦੀ ਬਾਜੀ ਆ ਗਈ ਮਜਬੂਰੀ ਆ ਕੇ ਆਪਾਂ ਕਬੂਤਰ ਛੱਡਣਾ ਅਤੇ
ਕਬੂਤਰ ਜਾ ਕੇ ਅੱਗੇ ਬਹੁਤ ਜ਼ਿਆਦਾ ਉੱਡ ਜਾਂਦਾ ਹੁੰਦਾ ਕੋਈ ਉਹੋ ਜਿਹਾ ਕਬੂਤਰ ਹੁੰਦੇ ਅਸੀਂ ਹਰੀ ਕੇ ਉੱਪਰ ਹਰੀ ਕੇ ਬੱਚੇ ਜਿਹੜੇ ਵੱਲੋਂ ਅਤੇ ਅਸੀਂ ਦੋ ਕਬੂਤਰ ਹੇਠ ਸੀ ਇੱਕ ਅਸੀਂ ਨਹੀਂ ਛੱਡਤਾ ਨਿਸ਼ਾਨ ਵੀ ਹੈਗਾ ਸੀ ਵੀ ਇੱਕ ਜਿੱਤਣ ਅਤੇ ਜਿਹੜਾ ਸਾਡਾ ਬੱਲੇ ਹੇਠ ਤੋਂ ਭੱਜ ਗਿਆ ਸੀ ਜਿਹੜਾ ਅਸੀਂ ਮੂੰਹ ਆਪਣੀ ਛੱਡੀ ਸੀ ਉਹ ਮੁੜ ਕੇ ਵੱਜ ਗਈ ਕਿਹੜੀ ਨਸਲ ਤੋਂ ਕਬੂਤਰ ਸੀ ਇਹ ਜੀ ਮਤਲਬ ਜਸਵਾਲ ਜਸਵਾਲ ਤੇਜ ਵਾਲੀ ਇਹ ਵੀ ਹੋਇਆ ਬਾਈ ਜੀ ਪੂਰਾ ਆਪਾਂ ਨਿਸ਼ਾਨ ਨੂੰ ਕਹਿੰਦਾ ਮੈਂ ਜਿੱਤਦਾ ਆਪਣਾ ਨਿਸ਼ਾਨ ਨਾਲ ਆਪਣੇ ਬਾਈ ਜੀ ਪਹੁੰਚੇ ਕਿਲ੍ਹਾ ਰਾਏਪੁਰ ਅਲੱਗ ਤੋਂ ਬਾਈ ਜੀ ਔਖੀ ਪੱਤੀ ਤੋਂ ਤੁਸੀਂ ਵੀ ਕੋਈ ਨਾਓ ਜੀ ਗੱਲਬਾਤ ਬਾਈ ਜੀ ਦੇ ਬਾਈ ਜੀ ਨੇ ਸਾਡੇ ਬਹੁਤ ਬਾਈ ਛੱਡੀ ਜੀ ਉਦੋਂ ਅਸੀਂ ਛੋਟੇ ਹੁੰਦੇ ਸੀਗੇ ਜੀ ਬਾਈ ਜੱਗੇ ਦੇ ਕੁੱਤਰ ਲੱਗੇ ਜਾਂਦੇ ਹੁੰਦੇ ਸੀਗੇ ਤਕਰੀਬਨ ਬਾਈ ਜੱਗੇ ਨਾਲ ਛੱਡਦੇ ਸੀਗੇ ਜੀ ਬਾਈ ਜੱਗੇ ਦੇ ਤਕਰੀਬਨ ਸਾਰੀਆਂ ਬਾਈਆਂ ਅਸੀਂ ਛੱਡਦੇ ਸੀਗੇ ਜੀ ਉਦੋਂ ਬਾਈ ਉਹਨਾਂ ਨਾਲ ਇੱਧਰੋਂ ਬਾਈ ਹੁਣੀਆਂ ਹੁੰਦੇ ਸੀ ਉੱਥੇ ਮੈਚ ਵਧੀਆ ਬਸ ਹੁਣ ਯਾਦ ਤਾਂ ਹੈ ਨਹੀਂ ਪਰ ਕਈ ਸਾਲ ਹੋ ਗਏ ਬਾਈ ਹੁਣੇ ਉਦੋਂ ਵਿਚਾਲੇ ਜੇ ਬਾਜ਼ੀਆਂ ਘਟਾ ਗਏ ਹੁਣ ਦੁਬਾਰਾ ਬਾਈ ਉਹਨੂੰ ਫੇਰ ਕਸ ਜਿਹੜਾ ਚੀਨੇ ਕਰਕੇ ਲਾ ਲਓ ਅਤੇ ਉੱਧਰ ਬਾਈ ਜੀ ਨੇ ਬਾਜ਼ੀਆਂ ਹੁਣ ਬਾਈ ਬਾਈ ਘੱਟ ਛੱਡੀਆਂ ਉੱਧਰ ਸਾਡੀ ਪਹਿਲਾਂ ਬਹੁਤ ਪਹਿਲਾਂ ਸਾਡੇ ਬਹੁਤ ਵਧੀਆ ਚੰਗੀਆਂ ਬਾਜ਼ੀਆਂ ਹੁੰਦੀਆਂ ਸੀ ਬਾਈ ਉਦੋਂ ਬਾਈ ਹੁਣੀ ਹੁੰਦੇ ਸੀਗੇ ਵਧੀਆ ਜਾਂਦੀ ਬਾਈ ਹੁਣ ਚੰਗੇ ਉੱਠਦੇ ਇਹਨਾਂ ਦਾ ਕਾਫੀ ਜ਼ਿਕਰ ਆਇਆ ਮੈਨੂੰ ਬਹੁਤ ਫੋਨ ਕਾਲ ਆਏ ਸੀਗੇ ਸਾਡੇ ਯਾਰ ਏਰੀਏ ਦਾ ਬਹੁਤ ਵਧੀਆ ਸਟਾਰ ਪਲੇਅਰ ਬਾਈ ਜੀ ਬੱਲੂ ਮੋੜ ਦੀ ਜ਼ਰੂਰ ਕਰੋ ਕਿ ਉਹ ਅੱਜ ਸਵਾਪ ਬਣ ਗਿਆ ਤੁਹਾਨੂੰ ਭਰਾਵਾਂ ਨੂੰ ਮਿਲਣ ਦਾ ਵੀ ਬਣ ਗਿਆ ਆਹ ਨਾਲ ਇੱਕ ਵੀਰ ਜੀ ਆਏ ਆ ਕੀ ਨਾਂ ਹੈ ਜੀ ਆਪਣਾ ਰਿਪਨ ਬਾਈ ਜੀ ਅਤੇ ਨਾਲ ਹੀ ਮੇਰਾ ਵੀਰ ਰਾਮਕੋਟ ਪਿੰਡ ਹੈ ਵੀਰ ਦਾ ਮੁੱਛਾਂ ਨੂੰ ਤਾ ਬਹੁਤ ਦਿੰਦਾ ਹੈ ਮੁੰਡਾ ਆਪਦੀਆਂ ਨੂੰ ਅੱਜ ਪਤਾ ਨਹੀਂ ਕਿਉਂ ਮਾੜੀਆਂ ਜਾਂ ਡਿੱਗ ਪਈਆਂ ਅਤੇ ਰਵਿੰਦਰ ਬਾਈ ਤਾਮਕੋਟ ਇਹ ਵੀ ਬਾਈ ਦੇ ਜਿਹੜਾ ਹੈਗਾ ਤਾਮਕੋਟ ਕਿਦਰ ਕਲੱਬ ਦੇ ਨਾਲ ਜੁੜਿਆ ਹੋਇਆ ਅੱਗੇ ਗੱਲ ਕਰਦੇ ਜੀ ਆਪਾਂ ਤਿੰਨ ਤਰ੍ਹਾਂ ਦੀਆਂ ਹੋਰ ਨਸਲਾਂ ਨੇ ਅੱਜ ਆਪਣੇ ਕੋਲ ਨਸਲਾਂ ਕਿੰਨੀਆਂ ਤਿੰਨ ਚਾਰ ਚਾਰ ਹੀ ਹਾਂਜੀ ਗੱਲ ਕਰਦੇ ਸੀ ਆਪਾਂ ਉਸ ਕਬੂਤਰੀ ਦੀ ਤੁਹਾਡੇ ਮਨ 'ਚ ਕਿਵੇਂ ਆ ਗਿਆ ਬਾਈ ਨੂੰ ਭੇਜਦੇ ਆਪਾਂ ਕਲਿੱਪ ਵਿਹੜੇ 'ਚ ਮਤਲਬ ਉਹ ਜ਼ੋਰ ਲਾ ਕੇ ਡਿੱਗੀ ਸੀ ਉਦੋਂ ਦੀ ਵੀਡੀਓ ਭੇਜੀ ਸੀ ਤੁਸੀਂ ਬਾਈ ਉਹ ਨਾ ਆਪਣੇ ਜਿਹੜਾ ਨਾਲ ਦਾ ਕਮਰਾ ਉਹ ਘੁੱਟ ਗਏ ਕਬੂਤਰਾਂ ਨੂੰ ਬਾਈ ਜਿਹੜੀ ਸੁੱਡਰ ਲੱਗਿਆ ਹੁੰਦਾ ਵੀ ਰੈਸਟ ਹੀ ਕਰਾਉਂਦੇ ਹਾਂ ਜੀ ਉਹ ਇੱਕ ਦਿਨ ਆ ਕੇ ਬਾਈ ਕਦੇ ਤਾਂ ਆਪਣੇ ਕਿਸੇ ਦਿਨ ਉਹਨਾਂ ਦੀ ਸੈਲਫ ਡਿੱਗ ਪੈਂਦੀ ਸੀ ਜੀ ਕਦੇ ਬਾਈ ਉਹ ਅੰਦਰ ਬੈੱਡ 'ਤੇ ਸਿੱਧੀ ਕਮਰੇ 'ਚ ਵੜ ਗਈ ਸੀਗਾ ਉਹ ਹਜੇ ਬੇਸੌਰ ਤੁਸੀਂ ਮੈਂ ਬਾਈ ਨੂੰ ਵੀਡੀਓ ਬਣਾ ਕੇ ਭੇਜੀ ਮੈਂ ਕਿਹਾ ਬਾਈ ਉਹ ਵੀ ਉਹਦਾ ਪਿਓ ਉੱਥੋਂ ਆਇਆ ਹੋਇਆ ਨਹੀਂ ਕਿ ਬਾਈ ਆਪਣੇ ਕਬੂਤਰ ਦੀ ਐਂ ਹੁੰਦੀ ਹੈ ਅਤੇ ਬਾਈ ਕਹਿੰਦੇ ਤਾਂ ਲੱਕੜੀ ਹੈ ਬਾਈ ਉਹਨਾਂ ਲੱਕੜ ਉਸ ਤੋਂ ਲੱਕੜੀ ਰੱਖਤੀ ਉਹਦਾ ਨਾ ਤੁਹਾਨੂੰ ਜਦੋਂ ਵੀਡੀਓ ਭੇਜੀ ਜੀ ਬਹੁਤ ਵਧੀਆ ਲੱਗੀ ਤੁਹਾਨੂੰ ਕਬੂਤਰੀ ਕੀ ਲੱਗਿਆ ਉਹ ਲੱਕੜ ਜੀ ਉਹ ਨਾਮ ਤਾਂ ਚੱਲਿਆ ਆਪਾਂ ਨੂੰ ਪਤਾ ਸਭ ਨੂੰ ਸਰਦਾਰ ਧੰਨਾ ਸਿੰਘ ਦੀ ਲੱਕੜ ਵੀ ਜੀ ਉਹ ਕਬੂਤਰ ਉਹਨਾਂ ਚੋਂ ਸੀ ਸਰਦਾਰ ਧੰਨਾ ਸਿੰਘ ਵਾਲਿਆਂ ਚੋਂ ਤਾਂ ਮੰਗਿਆ ਤਾਂ ਦੁਬਾਰਾ ਲੱਕੜੀ ਜੰਮੂਗੀ ਤਾਂ ਲੱਕੜ ਗਿਆ ਤਾਂ ਉਹ ਸੀ ਵੀ ਲੱਕੜੀ ਵੈਸੇ ਅਤੇ ਤੁਹਾਡਾ ਜਿਹੜੇ ਬਾਈ ਜੀ ਆ ਬੱਲੂ ਮੌੜ ਜਾਂ ਬਾਈ ਜੀ ਜੀਨਾ ਮਾਨਸਾ ਤੁਹਾਡੇ ਮੈਨੂੰ ਲੱਗਦਾ ਕਰੀਬ ਪੰਜ ਸਾਲ ਤੋਂ ਨਾਲ ਹੈ ਹਾਂਜੀ ਅਤੇ ਤੁਹਾਡੇ ਜਿਹੜੇ ਮੇਨ ਕਬੂਤਰ ਹੈ ਜਿਹੜੇ ਤੁਹਾਡੇ ਕੋਈ ਫੇਵਰੇਟ ਹੈ ਉਹ ਦਿੱਤੇ ਬਾਈ ਜੀਨੇ ਹਾਂਜੀ ਉਹ ਕੋਈ ਫਰਕ ਨਹੀਂ ਸਾਡਾ ਇਕੱਠੇ ਕਬੂਤਰ ਆ ਦੋ ਹਾਂਜੀ ਇਕੱਠੇ ਜਿਹੜਾ ਮਰਜ਼ੀ ਲੈ ਆਵੇ ਜਿਹੜਾ ਮਰਜ਼ੀ ਮਿਲ ਜਾਵੇ ਜੀ ਕੋਈ ਇਹਨਾਂ ਦੇ ਕੁੱਡੇ 'ਚੋਂ ਤੁਹਾਨੂੰ ਕੋਈ ਵਧੀਆ ਕਬੂਤਰ ਲੱਗਦਾ ਹੋਵੇ ਸਾਰੀ ਵਧੀਆ ਨੇ ਸਾਰੀ ਵਧੀਆ ਜੀ ਮਾੜਾ ਕੋਈ ਕਿਉਂਕਿ ਮੇਰਾ ਇੱਕ ਫਰੈਂਡ ਹੈ ਉਹਦੇ ਕੋਲ ਬਹੁਤ ਚੰਗੇ ਕਬੂਤਰ ਹੈ ਠੀਕ ਹੈ ਵਧੀਆ ਬਾਜ਼ੀਆਂ ਜਿੱਤਦਾ ਪਰ ਉਹਦੀ ਜਿਵੇਂ ਕਹਿੰਦੇ ਨਾ ਇੱਕ ਆਦਤ ਲਾ ਲਓ ਜਾਂ ਕਈ ਬੰਦਿਆਂ ਦੀ ਹੁੰਦੀ ਹੈ ਵੀ ਢਿੱਡ ਨਹੀਂ ਭਰਦਾ ਉਹ ਜਿਹਦੇ ਵੀ ਖੁੱਡੇ 'ਚ ਜਾਂਦਾ ਹੈ ਉਹ ਜਾ ਕੇ ਇਹ ਕਹੂਗਾ ਆਪਣੇ ਕਬੂਤਰ ਬਾਈ ਦੇ ਅੰਦਰ ਬਹੁਤ ਚੰਗੇ ਆ ਪਰ ਜੇ ਆਹ ਕਬੂਤਰ ਵੀ ਆਪਣੇ ਖੁੱਡੇ 'ਚ ਹੋਵੇ ਨਾ ਫਿਰ ਖੁਸ਼ੀ ਠੀਕ ਹੈ ਉਵੇਂ ਕਦੇ ਚੀਨੇ ਬਾਈ ਨੇ ਕੀਤਾ ਹੋਵੇ ਨਹੀਂ ਕੀਤਾ ਹਾਸੀ ਦੱਸਦੀ ਹੈ ਮਿਲਣ ਦਾ ਕੀਤਾ ਹੋਵੇ ਤੁਸੀਂ ਸਵਾਲ ਲਏ ਹੈ ਜੇ ਪੁੱਛੇ ਪਹਿਲਾਂ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਮੈਂ ਨਹੀਂ ਕੀਤਾ ਜੀ ਮੈਂ ਮੇਰੇ ਦਿਲੋਂ ਉਹ ਗੱਲ ਕੀਤੀ ਹੈ ਮੇਰੇ ਹੋਵੇ ਬਾਈ ਨੇ ਆਹ ਕਬੂਤਰ ਮੈਂ ਲੈ ਕੇ ਜਾਣਾ ਸੁਣੀ ਸੁਣਾਈ ਕਰੀ ਸੁਣੀ ਸੁਣਾਈ ਕੀਤੀ ਹੈ ਜੀ ਠੀਕ ਹੈ
ਕਿਉਂਕਿ ਵੀਡੀਓ ਦੇ ਵਿੱਚ ਜੇ ਹਾਸਾ ਮਜ਼ਾਕ ਨਾ ਨਾ ਹੋਵੇ ਮਤਲਬ ਇਹਦੇ ਬਾਰੇ ਹੈ ਵੈਸੇ ਇਹ ਗੱਲ ਚਾਲੂ ਹੈਗੀ ਹੈ ਜੀ बड़ा जनून भी मैं किवा एक अपना कबूतर बाई जित गया एक बिठ बाई इन्हूं जिस तक मैं जानता बाई चीना गया मेन चो कबूतरी दे पठी दे अलग ही छोटी जी ते मैं चल आ तू दो साल कढ़ा ला बच्चे लै जा उस तो बाद वो मतलब के साडे फेवरेट कबूतरी है जिन्हें मतलब के छड़दे हैं तकरीबन उही बाजी जाते हैं ते बाई दा कही जांदा सी कि मैनू तां इन्हां ने हले फिकर आंडे ही नहीं दित्ते दो साल हो गए कि वो दूजी गल करदे सी ठीक है दूजी आपां वीडियो दे विच नहीं करनी ठीक है जी ठीक है चलो बहुत वधिया जी होर कोई मतलब जिहड़ी बाजी कदे जदों बाई नाल तुहाडा तालमेल नहीं होया सीगा जी कही आपां नहीं जाणदे हुंदे मतलब मेरी उम्र इन्हां तों वड्डी है मैनूं तां इन्ना कु याद है पहले दिन तों भी कबूतर बाजी बंद ना हो जाए बाई मैनू बहुत शौक है बाई मैनू दिलों इन्ना ज्यादा शौक है बाई नू वाकई शौक है इस करके आपां इह मानते हैं कि मेरे भी जिन्ने ग्रुप के मैंबर है मैं कहना यार जोड़े तुसीं रख दो कबूतर बैठ आओ कबूतरां ते मैं विश्वास नहीं करता सी ओए बाई तू की गल विश्वास नहीं करता या मतलब जनून ही इन्ना भी आपां डाउणे मैं बाई पता करके मैनू शौक बदल रहे उम्र बाई ਬਾਈ ਹੁਣ ਬਾਈ ਵੀ ਪਟਿਆਲੇ ਤੋਂ ਕਾਫ਼ੀ ਟਾਈਮ ਬਾਅਦ ਹੁੰਦੇ ਆ ਬਾਈ ਜੋਬ ਕਰਕੇ ਮੈਨੂੰ ਐਂ ਹੁੰਦਾ ਬਾਈ ਵੀ ਮੈਂ ਸਾਰੀ ਬਾਹ ਲਾ ਦਾਂ ਉਹਦੀ ਵੀ ਜਿੰਨਾ ਕੁ ਆਪਾਂ ਕਰ ਸਕਦੇ ਹਾਂ ਬਸ ਜਿਵੇਂ ਯਕੀਨ ਲਾ ਲਓ ਵੀ ਐਂ ਹੁੰਦਾ ਵੀ ਸਾਰਾ ਬਾਜੀ ਬਿਲਕੁਲ ਵੀ ਖੁੱਡੇ ਵੀ ਆਪ ਸਾਫ਼ ਕਰਾਂ ਬਾਈ ਬੰਦੇ ਬਹਿ ਕੇ ਡਾਵਾਂ ਆਪ ਬਾਜੀ ਜਿਹੜਾ ਬਾਜੀ ਜਿੱਤਦਾ ਜਿਹੜਾ ਕਬੂਤਰਾਂ ਨੂੰ ਸਾਂਭੂਗਾ ਜਿਹੜਾ ਬੰਦਾ ਖੁੱਡੇ ਵਿੱਚ ਵੜਨ ਤੋਂ ਅਤੇ ਖੁੱਡੇ ਸਾਫ਼ ਕਰਨ ਤੋਂ ਡਰ ਗਿਆ ਸਮਝ ਲਓ ਬਾਜੀ ਦੀ ਜਿੱਤ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜੀ ਬਾਈ एक ना बई हरेक गेम च आम इंसानी जीवन च भी चलता है एक दूजे से बंदा वो करता हूँ भी जिम्मे कबूतर ने कबूतर ने दे जो मैं बई जी को पहली बार गया बई मैं बई बी मैं बई को जाके आना बई ने कदे भी बई बई की बई वालू बई मिकी की इज्जत करते बई ए कहते भी यार भी सारा कुछ बई है जे मैं मान लो आप कहते फलाना कबूतर वो टॉप से ਬਾਈ ਦਾ ਕਈ ਵਾਰ ਮੇਰੇ ਗੱਲ ਪੈਣ ਤੱਕ ਜਿਵੇਂ ਬਾਈ ਦੀ ਕਹਿਣਾ ਤਾਂ ਵੀ ਹੁੰਦਾ ਵੀ ਬਾਈ ਕਹਿੰਦਾ ਉਹ ਬਹੁਤ ਤਕੜਾ ਕਬੂਤਰਬਾਜ਼ ਸੀ
ਮੈਂ ਬਾਈ ਨੂੰ ਗੱਲ ਦੱਸਦਾ ਬਾਈ ਮੈਨੂੰ ਕੋਲ ਨਹੀਂ ਯਾਰ ਬਾਈ ਦੇ ਉੱਤੇ ਗਿਆ ਨਹੀਂਗਾ ਬਾਈ ਨੇ ਸਹੀ ਗੱਲ ਹੈ ਬਾਈ ਉਹ ਬਾਈਆਂ ਕਹਿੰਦੇ ਹੁੰਦੇ ਕਿ ਬਾਈ ਨੇ ਉਹ ਟਾਈਮਾਂ 'ਚ ਬਾਈਆਂ ਪਿੱਥਾਂ ਬਾਈਆਂ ਲਗਾਤਾਰ ਬਾਈ ਜਿੱਤੀਆਂ ਜਦੋਂ ਕਬੂਤਰਬਾਜ਼ੀ ਪੂਰੇ ਜੋ ਹੁੰਦੇ ਸੀ ਤੁਹਾਡੇ ਸ਼ੌਕ ਦੀ ਗੱਲ ਕਰਦੇ ਹਾਂ ਜੀ ਥੋੜ੍ਹੀ ਜੀ ਹਾਂਜੀ ਜਦੋਂ ਤੁਸੀਂ ਬਚਪਨ 'ਚ ਕਬੂਤਰ ਰੱਖੇ ਸੀ ਉਦੋਂ ਸ਼ੌਕ ਵੱਧ ਸੀ ਜਾਂ ਹੁਣ ਹੈ ਜਾਂ ਬਰਾਬਰ ਉਵੇਂ ਹੀ ਚੱਲੀ ਆਉਂਦਾ ਤੁਹਾਡਾ ਸ਼ੌਕ ਹੈ ਜਿਹੜਾ ਬਰਾਬਰ ਹੀ ਚੱਲੀ ਬਰਾਬਰ ਚੱਲੀ ਆਉਂਦਾ ਜਦੋਂ ਗਰਮੀਆਂ ਆਉਂਦੀਆਂ ਤੁਹਾਨੂੰ ਹੁੰਦਾ ਵੀ ਆਪਣੇ ਪਿੰਡ ਜਾਵਾਂਗੇ ਪਿੰਡ ਜਾਵਾਂਗੇ ਇਸ ਵਾਰੀ ਵੀ ਉੱਥਾਂ ਕਰੋਨੇ ਕਰਕੇ ਖਰਾਬ ਹੋ ਗਿਆ ਕੰਮ ਉਦੋਂ ਪਹਿਲਾਂ ਪਹਿਲਾਂ ਕਰੋਨੇ ਦਾ ਇੱਡਾ ਡਰਜਿਆ ਵੱਧ ਸੀ ਅਤੇ ਘਰੋਂ ਸੈਰ ਗਿਆ ਆ ਗਿਆ ਜਦੋਂ ਪਿੰਡੋਂ ਬਕਰ ਬਾਹਰ ਨਿਕਲੇ ਇੱਧਰ ਉੱਧਰ ਹੁਣ ਤਾਂ ਮੈਨੂੰ ਕੋਈ ਸਮਝ ਜੇ ਬਾਹਰ ਹੈ ਗੱਲ ਕੋਈ ਡਰ ਜਾ ਨਹੀਂ ਰਿਹਾ ਅੱਗੇ ਨਾਲ ਵੀ ਗੱਲ ਹੋਈ ਸੀ ਮੈਂ ਯਾਰ ਆਹ ਚੱਕਰ ਤਾਂ ਤੁਸੀਂ ਰੁਕੋ ਅਤੇ ਅੱਜ ਮੈਂ ਆਪ ਹੀ ਇੰਨੇ ਬੰਦਿਆਂ 'ਚ ਬੈਠਾ ਮਤਲਬ ਪਰ ਬਾਜ਼ੀਆਂ ਨਿਕਲ ਗਈਆਂ ਬਾਜ਼ੀਆਂ 'ਚ ਨਹੀਂ ਮੈਂ ਸੋਇਆ ਗਿਆ ਬਾਜ਼ੀਆਂ ਨਿਕਲ ਕਿ ਸਾਰੀ ਇਹ ਮਤਲਬ ਜਿੰਨੇ ਖਿਡਾਰੀ ਵੀਰ ਸੀ ਅਫਸੋਸ ਹੀ ਰਿਹਾ ਕੋਈ ਇੱਕ ਦੋ ਏਰੀਆ ਸੀ ਜਿੱਥੇ ਬਾਜ਼ੀਆਂ ਟੁੱਟੀਆਂ ਨੇ ਬਾਜ਼ੀਆਂ ਤਾਂ ਹਰੇਕ ਏਰੀਏ 'ਚ ਛੁੱਟ ਗਈਆਂ ਪਰ ਉਹ ਗੱਲ ਨਹੀਂ ਨਾ ਬਣੀ ਵੀ ਇਕੱਠ ਨਹੀਂ ਹੋਣ ਦੇਣਾ ਆਹ ਨਹੀਂ ਹੋਣ ਦੇਣਾ ਬਹੁਤ ਬੰਦਿਆਂ ਨੇ ਛੱਡੀਆਂ ਵੀ ਨਹੀਂ ਬਾਜ਼ੀਆਂ ਦਾ ਕੋਈ ਬਹੁਤ ਵਧੀਆ ਕੰਮ ਨਹੀਂ ਹੋਇਆ ਥੋੜ੍ਹੀ ਜਿਹੀ ਗੱਲਬਾਤ ਆਪਾਂ ਬਾਈ ਆਏ ਹੈ ਬਹੁਤ ਦੂਰੋਂ ਚੱਲ ਕੇ ਆਏ ਇਹਨਾਂ ਨਾਲ ਵੀ ਕਰਦੇ ਹਾਂ ਅਤੇ ਇੱਧਰ ਬਾਈ ਜੀ ਗੋਖੀ ਪੱਤੀ ਨਾਲ ਤਾਂ ਆਪਣੀ ਗੱਲ ਹੋ ਗਈ ਸੀਗੀ ਨਾਲ ਹੀ ਇਹ ਵੀਰ ਮੇਰੇ ਆਏ ਸੀ ਕੀ ਨਾਮ ਸੀ ਜੀ ਇਹਨਾਂ ਦਾ ਅਤੇ ਆਉਂਦੇ ਆ ਜੀ ਇਹ ਕੈਮਰੇ 'ਚ ਆਉਂਦੇ ਆ ਇਹ ਬਾਈ ਆਪਣੇ ਰਵਿੰਦਰ ਤਾਂ ਤੁਸੀਂ ਕਿਵੇਂ ਜੁੜੇ ਬਾਈ ਹੋਰਾਂ ਦੇ ਨਾਲ ਬਾਈ ਜੀ ਪਹਿਲਾਂ ਬਾਈ ਜੀ ਨਾਲ ਫੇਸਬੁੱਕ 'ਤੇ ਗੱਲ ਹੋਈ ਸੀਗੀ ਇੱਕ ਦੋ ਵਾਰ ਉਸ ਤੋਂ ਬਾਅਦ ਬਾਈ ਮਿਲੇ ਮੈਨੂੰ ਫਿਰ ਬਾਈ ਨਿਸ਼ਾਨ ਆ ਗਿਆ ਲੋ ਬਾਈ ਆਉਂਦੇ ਜਾਂਦੇ ਆ ਫਿਰ ਉਦੋਂ ਬਾਅਦ ਮੇਲੇ ਮੂਲਿਆਂ ਦੇ ਇਕੱਠੇ ਹੋਣੇ ਫਿਰ ਸਾਰੇ ਬੰਦੇ ਅਤੇ ਦੌੜਾਂ ਦੂੜਾਂ 'ਤੇ ਵੀ ਬਾਈ ਆ ਗੁਰਪੀ ਦਰਕੇ ਨਾਲ ਵੀ ਦੌੜਾਂ 'ਤੇ ਮਿਲੇ ਮੈਨੂੰ ਪਹਿਲੀ ਵਾਰ ਬਾਈ ਨਿਸ਼ਾਨ ਨਾਲ ਅਸੀਂ ਉੱਥੇ ਦੌੜਾਂ 'ਤੇ ਮਿਲੇ ਸੀਗੇ ਉੱਥੇ ਆਉਂਦਾ ਨਾਲ ਆਪਣੇ ਬਾਈ ਗੁਰਪ੍ਰੀਤ ਪਿੰਡ ਬੈਠੋ ਬੈਠੋ ਜੀ ਬੈਠੋ ਵਾਲੇ ਜਗ੍ਹਾ ਜੀ ਬਣਾ ਦੂ ਆਪਦੀ ਬੈਠਣ ਨੂੰ ਅਤੇ ਸਰਦਾਰ ਜਗਨੰਦਨ ਸਿੰਘ ਵਿੜਿੰਗ ਬਹੁਤ ਵੱਡਾ ਨਾਂ ਹੈ ਜੀ ਉਹਨਾਂ ਦਾ ਕਬੂਤਰਬਾਜ਼ੀ ਦੇ ਵਿੱਚ ਉਹਨਾਂ ਦੇ ਬੇਟੇ ਇਹ ਬਾਜ਼ੀਆਂ 'ਤੇ ਹੁਣ ਇਹੀ ਜਾਂਦੇ ਆ ਜ਼ਿਆਦਾਤਰ ਤੁਸੀਂ ਗੱਲਬਾਤ ਸੁਣਾਓ ਜੀ ਬਾਈ ਹੋਰਾਂ ਦੇ ਗਰੁੱਪ ਨਾਲ ਕਿਵੇਂ ਜੁੜੇ ਤੁਸੀਂ ਜਾਂ ਅੱਜ ਤੁਸੀਂ ਇੰਨੇ ਦੂਰੋਂ ਚੱਲ ਕੇ ਆਏ ਹੋ ਚਲੋ ਐਂ ਨਾ ਜੀ ਬਾਈ ਵਿੱਕੀ ਨੂੰ ਤਾਂ ਸ਼ਾਇਦ ਹੀ ਕੋਈ ਕਬੂਤਰਬਾਜ਼ ਹੋਵੇ ਜਿਹੜਾ ਜਾਣਦਾ ਨਾ ਹੋਵੇ ਜੀ ਵੈਸੇ ਇਹਨਾਂ ਦੇ ਦਰਸ਼ਨ ਕਰਨ ਨੂੰ ਬੰਦਾ ਲੋਚਦਾ ਚਲੋ ਕਦੇ ਦਰਸ਼ਨ ਹੋਣ ਤਾਂ ਮਿਲ ਗਏ ਜੀ ਅਤੇ ਬਾਈ ਵੱਲੋਂ ਵੀ ਚੰਗੇ ਮਤਲਬ ਕਿ ਕਬੂਤਰਬਾਜ਼ ਸੀਗਾ ਇਹਨਾਂ ਦਾ ਨਾਂ ਸੀ ਵਪਾਰੀਆਂ ਜਿਹਦੇ ਜੀ ਮਿਲੇ ਸੀ ਬਾਈ ਵੱਲੋਂ ਚੀਨੇ ਥਰੂ ਹੀ ਸੀਗੇ ਜੀ ਚੀਨੇ ਨਾਲ ਮਤਲਬ ਕਿ ਸਾਡਾ ਟੈਂ ਕਰਕੇ ਗ੍ਰੇ ਹੋਣ ਕਰਕੇ ਬਾਈ ਨਿਸ਼ਾਨ ਰਹਿਣਾ ਸੀ ਇਹਨਾਂ ਦਾ ਅਤੇ ਸਾਡਾ ਮੇਲੇ 'ਚ ਘੋੜਿਆਂ 'ਚ ਅਸੀਂ ਤਕਰੀਬਨ ਹਰ ਕੇ ਸਾਹਿਬ ਇਕੱਠੇ ਹੁੰਦੇ ਹਾਂ ਬੜੀ ਖੁਸ਼ੀ ਹੁੰਦੀ ਛੋਟੇ ਭਰਾ ਦੀ ਤਰੱਕੀ ਵੇਖ ਕੇ ਛੋਟੀ ਉਮਰ 'ਚ ਵਧੀਆ ਨਾਂ ਬਣਾਇਆ ਚੰਗੇ ਜਿਵੇਂ ਬਾਈ ਵੱਲੋਂ ਟੀਚਰ ਹੈ ਅਤੇ ਇੱਕ ਟੀਚਰ ਵਾਂਗੂ ਹੀ ਚੀਨੇ ਨੂੰ ਉਹਨਾਂ ਨੇ ਸਿਖਾਇਆ ਉਸ ਤੋਂ ਬਾਈ ਵਿੱਕੀ ਦਾ ਹੱਥ ਸੀਗਾ ਜਦੋਂ ਦੋ ਜਦੋਂ ਇੱਕ ਗੁਰੂ ਵੀ ਬਹੁਤ ਹੁੰਦੇ ਜਦੋਂ ਦੋ ਮਿਲ ਜਾਣ ਤਾਂ ਬੰਦਾ ਵੇਖ ਕੇ ਤਰੱਕੀ ਕਰ ਦਿੰਦਾ ਬਹੁਤ ਛੋਟੀ ਉਮਰ ਬਾਈ ਚੀਨੇ ਦੀ ਬਹੁਤ ਵੱਡਾ ਨਾਮ ਜਿਹੜਾ ਮਾਨਸਾ ਏਰੀਏ 'ਚ ਅਤੇ ਬਾਈ ਨੂੰ ਮੁਬਾਰਕਾਂ ਦਿੰਦੇ ਹਾਂ ਤੁਸੀਂ ਇੱਕ ਜਨੂਨ ਦੀ ਗੱਲ ਕੀਤੀ ਸੀ ਬਾਈ ਮਿੱਕੀ ਬਾਰੇ ਅਤੇ ਇੱਧਰ ਮੇਰੇ ਨਾਲ ਨਾ ਇੱਧਰ ਥੋੜ੍ਹਾ ਜਿਹਾ ਕੈਮਰਾ ਘਾਇਓ ਮੇਰੇ ਨਾਲ ਇੱਕ ਮੁੰਡਾ ਆਇਆ ਆਪਣੇ ਪਿੰਡ ਕੁੰਡਲ ਤੋਂ ਅਰਸ਼ੇ ਦਾ ਨਾਮ ਹੈ ਅਤੇ ਰਸਤੇ 'ਚ ਜਦੋਂ ਮੈਂ ਗੱਲ ਕੀਤੀ ਨਾ ਵੀ ਆਪਣੇ ਉੱਥੇ ਬਾਈ ਮਿੱਕੀ ਗਾਮੀ ਵਾਲੇ ਪਹੁੰਚਣਾ ਅਤੇ ਇਹਦੇ ਇੱਕ ਵੱਖਰੀ ਫੀਲਿੰਗ ਆ ਗਈ ਅਤੇ ਆਪਣੇ ਥੋੜ੍ਹਾ ਜਿਹਾ ਕੈਮਰਾ ਉੱਧਰ ਘਾਇਓ ਬਾਈ ਮਿੱਕੀ ਕੰਨੀ ਉੱਧਰ ਬਾਈ ਮਿੱਕੀ ਕੰਨੀ ਅਤੇ ਜਦੋਂ ਨਾ ਆਪਣੇ ਆ ਕੇ ਬਾਈ ਮਿੱਕੀ ਨੂੰ ਇਹ ਬਾਈ ਨੇ ਵੇਖਿਆ ਅਤੇ ਬਾਈ ਨੇ ਕਿਹਾ ਵੀ ਕੀ ਗੱਲ ਹੈ ਕਿ ਆਪਾਂ ਕਿਤੇ ਮਿਲੇ ਹਾਂ ਜਾਂ ਕੀ ਉਹ ਬੜਾ ਗੌਰ ਨਾਲ ਵੇਖਿਆ ਇਹਨੇ ਇਹਨੂੰ ਇੰਨਾ ਮਤਲਬ ਜ਼ਿਆਦਾ ਹੋਇਆ ਵੀ ਬਾਈ ਮਿੱਕੀ ਮੇਰੇ ਸਾਹਮਣੇ ਬੈਠਾ ਇਹਨੂੰ ਇੰਨਾ ਜ਼ਰੂਰ ਸੀ ਯਾਰ ਕੋਲੇ ਜਾ ਕੇ ਇੱਕ ਵਾਰੀ ਉੱਥੇ ਬਾਈ ਦੇ ਕੋਲੇ ਬੈਠ ਫਲਾਉਂਦੇ ਹਾਂ ਵੀ ਦਿਲੋਂ ਇੰਨੀ ਚਾਹ ਸੀਗੀ ਬਾਈ ਨੂੰ ਵੀ ਜਿਵੇਂ ਨਾ ਇੱਕ ਕੋਈ ਵੀ ਬੰਦਾ ਹੁੰਦਾ ਕਿਸੇ ਨਾ ਕਿਸੇ ਦਾ ਜ਼ਰੂਰ ਗੋਡ ਫਾਦਰ ਮੰਨਦਾ ਆਪਣੇ ਆਪ ਨੂੰ ਜਾਂ ਕਿਸੇ ਦਾ ਫੈਨ ਹੁੰਦਾ
खुशी हुई दिल च रस्ते चाहते खुशी की गल दसते हैं रस्ते च जो पिंड पूछा भी बाई असि ना तामकोट जाना कोई अगो साडा भी बंदा जो मेरी इंटरव्यू मिलता कुदरती बाई ने ब्रेकां मारिया कहना बाई चकड़े आना तू मैं हाँ बई चकड़े आना बई सत श्रीकाल मैं सत श्रीकाल मैं बई तू कबूतरा वाला था हाँ बई कबूतरा इंटरव्यू मिले वो खुशी वक्री होंगी है वाकई तो उन्हें बई ने सू बड़े प्यार तामकोट का एड्रैस दिता थैंक यू करते हैं बई का बई ने वीडियो वेखूगा ना तो उमें बई ना प्यार है हरेक ही कबूतरबाज का प्यार आ मैनू लगता भी 50% बंदे हले बई में नहीं मिले क्योंकि बहुत फोन आते जी थोड़े बारे जे कह देंगे बई धन्यवाद है भी तुम इंटरव्यू की होर भी वीर जो इंटरव्यू करते हैं कि सानू उन्होंने एक दूजे को मनाया असी तो बई का कदम पिंड ही नहीं सुनया कि वेख्या भी नहीं बई थोनू ना 50% लोग हले भी योजे है जिन्होंने वेख्या नहीं सी मूवी के घटबाजिया जान करके जी वेख्या नहीं खुशी होंगी है जी हर एक फैन हर एक का होंगे कोई ना कोई धन्यवाद बहुत ज्यादा निशान जी गल बात हो गई है इधर बाई बारे दो गल हो अपने सारे बाई मेरा छोटा है चीना बाई छोटा है मजाक की आदत बन जाए छोटे अपना बच्चा तरह ही होंगे कोई भी छोटा हसदा ना मैं तुम दस दी खांदे चाह हो चीने को बाई गुरप्रीत को
क्योंकि बाई ने गल छेड़ती है थोड़ी जी भी कि बंद यार वो मैं एक बार लाजमी लैके जाने तो दिता ना हो यार चीने बदनाम बदनाम बुरा हो जाता है वो किसी ने एक ने कही थी हौली हौली गल चल पी कबूतरा की ढिड भरता जो पहला जसवीर साहब ने कबूतर रखे बादल ने उन्होंने किसी को कबूतर ही नहीं छड़िया मतलब ये कोई पूरी इन्नी सच्चाई भी नहीं गल जी आप कर रहे हादसा मजाक है सारे कबूतर बाजा का बाई के घर आए अच्छ सारे बाई के घर कट्ठे हुए हैं बड़ा वधिया ने इतने सैटअप बनाया हुआ बाई ने कबूतरबाजी का तो शायद थोड़ू वीडियो के दिखाने दिखा दिता होना पिक्चराइज कर लिया होना बाई ने पहला तो होर कोई गलबात अपने क्योंकि असी इस तो बाद जो शूट है वह करना जी जाके पिंड मौड़ क्योंकि जिन्या वड्डिया जोड़ियाँ वो पिंड मौड़ है ਹੋਰ ਤਾਂ ਜੀ ਬਾਈ ਮੈਨੂੰ ਡਿਟੇਲ ਦੱਸ ਆਪਾਂ ਨੂੰ ਬਾਈ ਬਾਈ ਬਰਲੂ ਨੇ ਅਤੇ ਜੀ ਬਾਈ ਵਿੱਕੀ ਨੇ ਆਪਦੇ ਜਮਾ ਪੈਰਾਂ 'ਤੇ ਖੜਾ ਕਰਤਾ ਜੀ ਕੋਈ ਕਬੂਤਰਾਂ ਵਾਲੇ ਪਾਸਿਓਂ ਬਾਈ ਤੂੰ ਤਾਂ ਜੀ ਸਾਰੇ ਪਹਿਲਾਂ ਸਾਰੀ ਆਏ ਸੀ ਜਿਹੜੀ ਰਹਿੰਦੀ ਖੁੰਦੀ ਕਦੇ ਉਹ ਬਾਈ ਤੋਂ ਬਾਈ ਨੇ ਪੂਰੀ ਕਰਤੀ ਜੀ ਕੋਈ ਮੈਨੂੰ ਜਵਾਬ ਨਹੀਂ ਹੈਗਾ ਜੀ ਮਹਾਤਮਨਾ ਹਰੇਕ ਹੁੰਦੇ ਵੀ ਉਹ ਵੀ ਹੋਣ ਬਾਈ ਨੇ ਮੇਰੇ ਸਾਰੀ ਪੂਰੀ ਕਰਤੀ ਜਿਹੜੇ ਕਬੂਤਰ ਲੋਕ ਆਏ ਸੋਚਦੇ ਮਨ 'ਚ ਵੀ ਮੇਰੇ ਕੋਲ ਹੋਣ ਬਾਈ ਜਿਹਨਾਂ ਨੇ ਮੈਨੂੰ ਉਹ ਦਿੱਤੇ ਨੇ ਜੀ ਬਾਈ ਬਾਕੀ ਬਾਈ ਇੰਨੀ ਛੋਟੀ ਉਮਰ 'ਚ ਖਿਡਾਰੀਆਂ 'ਚ ਬਹਿੰਦਾ ਕਰਤਾ ਬਾਈ ਜਿੱਤਣ ਲਾਤਾ ਮੈਨੂੰ ਬੜੀ ਭੁੱਖ ਵਾਲੇ ਫਲਾਣੇ ਫਲਾਣੇ ਰੋਲ ਵੀ ਮੈਨੂੰ ਮਿਲਣ ਉਹ ਗੱਲ ਤੁਹਾਡੀ ਹਾਲੇ ਕੋਈ ਤਮੰਨਾ ਵੀ ਮੈਂ ਫਲਾਣਾ ਕਬੂਤਰ ਆਪਣੇ ਕੋਲ ਹੈ ਨੀ ਉਹ ਜ਼ਰੂਰ ਇੱਕ ਨਸਲ ਬਣਾ ਜਿੱਤੀ ਬਾਜ਼ੀਆਂ ਪ੍ਰਤੀ ਕੋਈ ਨਹੀਂ ਹੈਗਾ ਜੀ ਕੋਈ
कबूतर जी भाई जो आप अठारह फुट की बाजी किला रायपुर जी ट्रैक्टर वाली जी उदो पांच की बाजी सी हुई थी एक अपना कबूतर से आ किला रायपुर किला रायपुर हाँ जी घंट हरी लाल बगल से ठीक है जी हाँ जी बई लाली रायकोट ना छड़िया लो जी लाली रायकोट के नाँ से छड़िया बई होर ने कबूतर किला रायपुर हाँ जी पंजा च सी हुई सी हाँ जी पांच कबूतर च सी हुई है जी उदो ਕਿਹੜਾ ਚਾਹ ਜੀ ਕਬੂਤਰ ਇਹ ਬਾਈ ਆਪਣੇ ਇਹ 'ਚ ਜੱਸੋਵਾਲਾਂ 'ਚ ਜੱਸੋਵਾਲ 'ਚ ਲਓ ਜੀ ਦਿਖਾਓ ਬੜਾ ਜਿਹਾ ਆਹ ਕਬੂਤਰ ਹੀਰਵਾਲ ਮੋਟਰਸਾਈਕਲ ਜਿੱਤਿਆ ਸੀਗਾ ਜੀ ਇੱਕ ਸੁੱਖਣ ਵਾਲੇ ਬਾਜੀ ਬਾਈ ਰਾਜ ਜਿੱਤੀ ਉਦੋਂ ਆਪਾਂ ਇੱਥੇ ਮੋਟਰਸਾਈਕਲ ਜਿੱਤੇ ਸੀ ਹੀਰਵਾਲ ਪਿੰਡ ਈਲਵਾਲ ਹਾਂਜੀ ਇਹਦੀ ਵਿੱਥ ਬਾਈ ਈਲਵਾਲ ਜਿੱਤਿਆ ਸੀ ਬਾਈਆਂ ਦਾ ਕਬੂਤਰ ਇਹ ਇਹਨੂੰ 20 ਮਿੰਟ ਦੇ ਵਿੱਥ ਬਾਈ ਢਾਂਗੀ ਜਿਹੜਾ ਸੀ ਢਾਂਗੀ ਚੜ੍ਹ ਗਿਆ ਸੀ ਬਾਈ ਦੱਸ ਰਿਹਾ ਚੀਨਾ ਈਲਵਾਲ ਵਾਲੀ ਬਾਜੀ 'ਤੇ चौ जीती है जी कबूतरी है जी हाँ जी कबूतरी लो जी चौ थी कबूतरी जो थापी बजी से कबूतरी है जी लो जी आज बी जो बी ने थापी मारी सी ना एक बार भाई खुशी जरूर जाहिर करे यार भाई ने बहुत मान थापी वाली जरूर बड़ी ना तुसी देखी सी थापी वाली मशहूर हुई सी जितों चीना मानसा बड़ा मतलब ना इंस्टाग्राम ते भाई दस रहा भी एक मिलियन टिकटॉक ते की हर एक जगह आई सी एक बार जरूर जाहिर करो आ मैनू फड़ा दे ओ भाई मूवमेंट आए नहीं हुई मूवमेंट करके जरूर दिखाया मैं दिखाता हूं भाई ने ना ऐड करके सीगा कुछ ते ओ बड़ा वधिया वाह कबूतरी है जी लो उदों कबूतरी नहीं विखाई सी ईलवाल ईलवाल है जी जेडे मुल लाए सी ना इन्होंने कबूतर
7000 ਦੀ 1997 ਚ ਉਹ ਕਹਦੇ ਨਾ ਜੀ ਆਪਾਂ ਬਾਈ ਜ਼ਿਕਰ ਨਹੀਂ ਕੀਤਾ ਜੀ ਬਾਈ ਨੇ ਰਾਜਨ ਤੋਂ ਬਹੁਤ ਕਬੂਤਰ ਮੁੱਲ ਲਏ ਸੀ ਬਾਈ ਦੱਸਣਗੇ ਵੀ ਕਿਹੜੇ ਕਿਹੜੇ ਲਏ ਸੀ ਜੀ ਜਿਹਨਾਂ ਦੇ ਬਾਈ ਜਿੱਤੇ ਹੋਏ ਜੀ ਜੀ ਕਿਹੜੇ ਕਿਹੜੇ ਬਾਈ ਰਾਜਨ ਤੋਂ ਵੀ ਮੁੱਲ ਲਏ ਯਾਦ ਨੇ ਬਾਈ ਤੇ ਇੱਕ ਤਾਂ ਦੱਸਿਆ ਜੀ ਸਾਡੇ ਤਿੰਨ ਰੰਗੇ ਵੱਜੇ ਉਹਨਾਂ ਨੇ ਕੋਈ ਦਿੱਤਾ ਸੀ ਜੀ ਤੇ ਇੱਕ ਬਾਗੀ ਜਿੱਤੀ ਸੀ ਤਿੰਨ ਘੰਟੇ ਵਿੱਚ ਪਾ ਕੇ ਉਹ ਲਿੱਤੀ ਸੀ ਗਾਮੀ ਵਾਲਾ ਇੱਕ ਜਿਹੜਾ ਗਾਮੀ ਵਾਲਾ ਜਿੱਤਿਆ ਸੀ ਕਬੂਤਰ ਉਹਨਾਂ ਦਾ ਜੀ ਉਹ ਵੀ ਲੈ ਲਿਆ ਸੀ ਆਪਾਂ ਜੀ ਲਓ ਜੀ ਆ ਗਏ ਤੇਲੂ ਰਾਮ ਕੇ ਵਾਲਿਆਂ ਚੋਂ ਅੱਗੇ ਇੱਕ ਕਬੂਤਰ ਹੋਰ ਬਾਈ ਚੀਨ ਮੋੜਾਂ ਵਾਲੀ ਮੋੜਾਂ ਜਿੱਤੀ ਸੀ ਜਿਹੜੀ ਮੋੜਾਂ 5 ਲੱਖ ਵਾਲੀ ਜੀ ਹਾਂਜੀ ਲਓ ਜੀ 5 ਲੱਖ ਵਾਲੀ ਕਬੂਤਰੀ ਵਿਖਾਉਣੇ ਆ ਸਿਵੀਆਂ ਵਾਲੀ ਦਰਾਜੇ ਵਾਲੀ ਫੜੀ ਲਓ ਜੀ ਆ 5 ਲੱਖ ਵਾਲੀ ਮੌੜੀ 2000 ਸ਼ਾਇਦ ਇਹ 18 ਦੀ ਗੱਲ ਹੈ ਹਨਾ ਜੀ ਇਹ ਦੋਨੇ ਸਾਈਡ ਤੋਂ ਬਈ ਰਾਜਨ ਵਾਲੀ ਹੈ ਜੀ ਇਹ ਰਾਜਨ ਵਾਲਿਆਂ ਤੋਂ ਹਾਂਜੀ ਹਾਂਜੀ ਪੂੰਜੇ ਦੇ ਥੱਲੇ ਦੇ ਲਓ ਜੀ ਆਹ ਇੱਕ ਪੂੰਜੇ ਦੇ ਥੱਲੇ ਦੋ ਫੰਗ ਹੈ ਇੱਕ ਇੱਧਰ ਅਤੇ ਇੱਕ ਇੱਧਰ ਹਾਂਜੀ ਇਹਦੇ ਪੰਜੇ ਵੀ ਵਿਖਾ ਦਿੰਦੇ ਹਾਂ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਬੜਾ ਘੱਟ ਆ ਲੇਟ ਹੋ ਗਏ ਉੱਥੇ ਬਾਈ ਚੀਨੇ ਦੇ ਅੱਜ ਕਬੂਤਰ ਤਾਂ ਖੈਰ ਮੈਨੂੰ ਲੱਗਦਾ ਵੀ ਸਾਰੀ ਰਾਤ ਲੰਘ ਜੂਗੀ ਇੰਨੇ ਕੁ ਵੀਰ ਕੋਲ ਪਰ ਤੁਹਾਨੂੰ ਮੇਨ ਵਿਖਾ ਰਹੇ ਹਾਂ ਆਓ ਜੀ 5 ਲੱਖ ਵਾਲੀ ਕਬੂਤਰੀ ਵਿਖਾ ਇੱਕ ਬਾਈ ਨਿਸ਼ਾਨ ਫੜੀ ਖੜਾ ਇਹ ਬਾਈ ਚੌਲੀ ਦੇ ਮਾਂ ਪਿਓ ਆ ਪਿਓ ਹੈ ਜੀ ਉਹ ਬਾਈ ਕੋਲ ਮਾਂ ਲਓ ਆ ਜਾਓ ਬਾਈ ਨਿਸ਼ਾਨ ਆ ਜਿਹੜੀ ਚੌ ਕਬੂਤਰੀ ਜਿੱਤੀ ਹੈ ਜੀ ਉਹਦੇ ਮਾਂ ਪਿਓ ਹੈ ਲਓ ਜੀ ਦੋਨੇ ਇਕੱਠੇ ਹੀ ਵਿਖਾ ਦਿਓ ਦੂਜੀ ਬਾਈ ਨਿਸ਼ਾਨ ਕੋਲ ਹੈ ਇਹ ਤੇਲੂ ਕੇ ਵਾਲਿਆਂ ਨਾਲ ਮਿਸ ਲਾਇਆ ਜੀ ਨਹੀਂ ਬਾਈ ਇਹ ਤਾਂ ਰਾਜਨ ਵਾਲਿਆਂ ਦੀ ਹੈ ਜੀ ਮਾਂ ਇਹਦੀ ਠੀਕ ਹੈ ਆਪਣਾ ਮਿੱਤਰ ਆਈ ਸਮਾਲ ਸਰ ਤੋਂ ਮੁੰਡਾ ਉਹਨੇ ਗਿਫਟ ਕੀਤਾ ਸੀ ਇਹਦੇ ਬੱਚੇ ਬਹੁਤ ਚੰਗੇ ਹੋਏ ਆਪਣੇ ਕੋਲ ਠੀਕ ਹੈ ਜੀ ਲਓ ਜੀ ਇਹ ਸਿਵੀਆਂ ਅਤੇ ਰਾਜਨ ਨੇ ਜਿੱਤੀ ਸੀ ਜੀ ਬਾਈ ਰਾਜਨ ਨੇ ਸੋਨੇ ਦੀਆਂ ਠੱਲਾਂ ਜਿੱਤੀ ਸੀ ਅਤੇ ਸਿਵੀਆਂ ਜਿੱਤੀ ਸੀ ਲਓ ਜੀ ਸੋਨੇ ਦੀਆਂ ਠੱਲਾਂ ਵਾਲੀ ਕਬੂਤਰੀ ਜਿਵੇਂ ਅਗਲੇ ਕਹਿੰਦੇ ਵੀ ਦੋਸਤਰ ਵਾਲੇ ਕਬੂਤਰ ਨਹੀਂ ਉੱਡਦੇ ਜੀ ਲੋਚ ਇਹ ਲੋਚ ਵੀ ਬਾਈ ਜਿੱਤੀ ਡੇਢ ਮਹੀਨੇ ਬਾਅਦ ਡੇਢ ਮਹੀਨੇ ਪਹਿਲਾਂ 13 ਅਪ੍ਰੈਲ ਨੂੰ ਦੋਸਤਰ ਜਿੱਤੀ ਸੀ ਜੀ ਉਹ ਗੱਲ ਵੱਖਰੀ ਹੈ ਕਿ ਸੋਨੇ ਦੀਆਂ ਝਾਂਜਰਾਂ ਅੱਜ ਉਹ ਆਪਣਾ ਉੱਡ ਕੇ ਨਹੀਂ ਕੁੱਤ ਦੋ ਠੱਲਾਂ ਅੰਦਰ ਸਾਂਭੀਆਂ ਪਈਆਂ ਮਹਿੰਗੀਆਂ ਪਰ ਕਬੂਤਰੀ ਉਸ ਤੋਂ ਮਹਿੰਗੀ ਹੈ ਬਿਲਕੁਲ ਕਿਉਂ ਬਾਈ ਇਹ ਆ ਜੀ ਸੋਨੇ ਦੀਆਂ ਝਾਂਜਰਾਂ ਵਾਲੀ ਕਬੂਤਰੀ ਹੋਰ ਬਾਕੀ ਤੁਹਾਨੂੰ ਦਿਖਾਉਂਦੇ ਆ ਅੰਦਰ ਕਬੂਤਰ ਬਾਈ ਇੱਕ ਜਿੰਨੇ ਵੀ ਸਾਡੇ ਤਾਂਪੜ ਪੇਜ ਕਲੱਬ ਦੇ ਮੈਂਬਰ ਨੇ ਜੀ ਜਿਵੇਂ ਬਾਈ ਸਾਡੇ ਸਭ ਤੋਂ ਸੀਨੀਅਰ ਬਾਈ ਦੇ ਸ਼ਗਿਰਦ ਹੈ ਬਾਈ ਪਾਲੀ ਝੋਰੇੜੀ ਤੋਂ ਸਰਪੰਚ ਜੀ ਬਾਈ ਅਤੰਦਰ ਨੇ ਅਮੂ ਮਾਜਰਾ ਸਣੀਆਂ ਰਹੇ ਆ ਜੀ ਬਾਈ ਚੰਡੀਗੜ੍ਹ ਤੋਂ ਬਾਈ ਪੀਤਾ ਗੋਰਸੀਆਂ ਲੱਖਾਂ ਤੋਂ ਮੁੜਪੰਨ ਬਾਈ ਸ਼ਮਿੰਦਰ ਜੀ ਖੇਮੋਣੇ ਪਿੰਡ ਤੋਂ ਅਤੇ ਹੈਪੀਅਰ ਹੈ ਬਾਈ ਮੁੰਡਾ ਪੁਲਿਸ ਵਾਲਾ ਜਿੰਨੇ ਵੀ ਸਾਡੇ ਜੀ ਕੋਈ ਬੰਦਾ ਰਹਿ ਗਿਆ ਹੋਵੇ ਤਾਂ ਆਪਾਂ ਸੋਰੀ ਉਹਨਾਂ ਤੋਂ ਖਮਾ ਚਾਹੁੰਦੇ ਹਾਂ ਜੀ ਬਾਈ ਸਾਰੇ ਭਰਾ ਅੱਜ ਇੱਕ ਤਾਂ ਕੋਵਿਡ ਕਰਕੇ ਜੀ ਬਾਈ ਆਪਾਂ ਕਿਸੇ ਨੂੰ ਇਨਵਾਈਟ ਨਹੀਂ ਕੀਤਾ ਵੀ ਆਪਾਂ ਕਿਸੇ ਨੂੰ ਜ਼ਰੂਰੀ ਉਹ ਕਰ ਟੈਨਸ਼ਨ ਦੇਣੀ ਹੈ ਅਤੇ ਕਬੂਤਰ ਬਾਈ ਆਪਣੇ ਬਾਈ ਜਿਵੇਂ ਹੈਪੀ ਤੋਂ ਬਾਈ ਜੀਤਕਿਆਂ ਤੋਂ ਆਪਣੇ ਕੋਲ ਲਗਭਗ ਜਿਹੜੇ ਵੀ ਆਪਣੇ ਟੱਚ ਦੇ ਬੰਦੇ ਕਈਆਂ ਤੋਂ ਆਏ ਹੋਏ ਜੀ ਬਾਈ ਨਿਸ਼ਾਨ ਤੋਂ ਵੀ ਆਏ ਆ ਬਾਈ ਗੁਰਪ੍ਰੀਤ ਕਿਆਂ ਤੋਂ ਵੀ ਆਏ ਆ ਅਤੇ ਬਾਈ ਤਾਰੀਖਿਆਂ ਤੋਂ ਆਏ ਹੋਏ ਨੇ ਜੀ ਸਾਰੇ ਕਾਫੀ ਨਸਲਾਂ ਬਾਈ ਕਿਸੇ ਤੋਂ ਇੱਕ ਆਏ ਕਿਤੇ ਦੋ ਆਏ ਵਾਧੂ ਕਬੂਤਰ ਨੇ ਜੀ ਮਤਲਬ ਇਕੱਲੇ ਹੁਣ ਸਾਰੇ ਦਿਖਾਈ ਜਾਣੇ ਟਾਈਮ ਵੀ ਜ਼ਿਆਦਾ ਹੋ ਗਿਆ ਕਿਹੜਾ ਜੀ ਕਬੂਤਰ ਹੋਰ ਆ ਗਿਆ ਉਹਨੇ ਦਿਖਾਉਣੇ ਆ ਤੁਹਾਨੂੰ ਕਿਹੜਾ ਬਾਈ ਇਹ ਨੀਲੀਆਂ ਠੱਲਾਂ ਬੰਦਾ ਮੇਨ ਕਬੂਤਰ ਹੈ ਆਪਣਾ ਇਹ ਮੇਨ ਲਾਦ ਸਾਰੀ ਇਸੇ ਦੀ ਲਾਦ ਆ ਸਾਰੀ ਇਹ ਟੀਟੂ ਵਾਲਾ ਤੇ ਆਪਣੇ ਝਾਲਣਾ ਦਾ ਮਿੱਸਾ ਲਓ ਜੀ ਟੀਟੂ ਬਾਈ ਕੋਟਮਾਨਾ ਕੋਟਮਾਨਾ ਵਾਲੇ ਬਾਈ ਹਾਂਜੀ ਹਾਂਜੀ ਕੋਟਮਾਨਾ ਵਾਲਾ ਟੀਟੂ ਤੇ ਆ ਬਾਈ ਦਾ ਮੇਨ ਕਬੂਤਰ ਹੈ ਬਹੁਤ ਚੰਗੀ ਤਰ੍ਹਾਂ ਦਿਖਾਓ ਜੀ ਰਾਜ ਜਿੰਨੇ ਦੇ ਬੱਚੇ ਸਾਡੇ ਤਕਰੀਬਨ ਲਗਭਗ ਸਾਰੇ ਜਿੱਤੇ ਇਸ ਦੇ ਜੀ ਹਾਂਜੀ 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 ਠੀਕ ਹੈ ਠੀਕ ਲਓ ਜੀ ਮੇਨ ਕਬੂਤਰ ਬਾਈ ਦਾ ਇਹ ਬਾਈ ਰਾਜਨ ਵਾਲਾ ਦਾ ਆਪਸ 'ਚ ਕਢਾਇਆ ਬਾਈ ਸਾਡਾ ਰਾਜਨ ਵਾਲਾ ਪਿਓਰ ਕਰਕੇ ਜੀ ਜਿਵੇਂ ਪਿਓਰ ਕਰਕੇ ਜੀ ਲਓ ਜੀ ਆ ਇਹ ਬਾਗੇ ਵਾਲੀ ਦੇ ਪੁੱਤ ਦਾ ਸਰੋਂ ਆਈ ਜੀ ਅਤੇ ਗੁਮਟੀ ਗੁਮਟੀ ਵਾਲਾ ਪੁੱਤ ਦਾ ਜੀ ਆਪਸ 'ਚ ਲਓ ਜੀ ਆਹ ਗੁਮਟੀ ਵਾਲੇ ਅਤੇ ਬਾਗੇ ਵਾਲੇ ਲਓ ਜੀ ਇੱਕ ਨਹੀਂ ਜੀ ਇਹ ਘੱਟੋ ਘੱਟ 15 ਭੈਣ ਭਰਾ ਜੀ ਦਿਖਾਓ ਜੀ ਗੁਰਪ੍ਰੀਤ ਬਾਈ ਨੇ ਲੱਖੀ ਸਰ ਵਾਲੇ ਦਾ ਜ਼ਿਕਰ ਕੀਤਾ ਉਹ ਵੀ ਵਿਖਾਓ ਲੱਖੀ ਸਰ ਵਾਲੇ ਖਾਸ ਹੋਣਗੇ ਕਿਉਂਕਿ ਬਾਈ ਨੇ ਫੇਵਰਟ ਬਰੀਡ ਹੈ ਜੀ ਦਿਖਾਓ ਜੱਸੋਵਾਲ
ਸਭ ਤੋਂ ਵੱਡਾ ਨਹੀਂ ਆ ਰਹੀ ਜੀ ਕਬੂਤਰ ਕਬੂਤਰੀ ਇੱਕ ਜੀ ਬਾਈ ਆਹ ਮੋੜਨ ਦਾ ਸਕਾ ਭਰਾ ਹੋ ਗਿਆ ਜੀ ਇੱਕ ਭਿੰਦਰ ਜੀ ਇਹ ਮੋੜਨ ਦਾ ਸਕਾ ਭਰਾ ਜੀ ਇਹ ਮੇਰੇ ਕੋਲ 13 ਵਿਛੇ ਭੈਣ ਭਰਾ ਸੀ ਕੀ ਬਣ ਜੋ ਤੁਸੀਂ ਵਾਧੂ ਹੈ ਇਹ ਆਪ ਬਣ ਕੇ ਸੀ ਕੋਈ परमात्मा बच्चा आज सवेरे आ गया दूजे दिन बाई बाई मिक्की दे कहिंदे सी तिन तिन खंभ बढ़ते बड़िया कन्निया जी जिवे बड़िया बढ़ते तिन लास्ट जट जी फिर बाई उत्ते रह गया जी चौथे दिन चार बट गया तो दिन छपा था चौथी बारी कड़िया नहीं है जी बई तो अं जन झब्बर एंट्रियां फटते जी ये दो सगे भरा पहले दिन छतरी से उड़ गए पहले दिन नहीं बैठे जी सवेर के उड़े हुए बोले बोले तेरह जी असं अडाई है नहीं दो बस दो मच दते बस नहीं चली लो जी होर आ गया कबूतर लो जी फटे ये बच्चे साढ़े को बहुत ज्यादा उड़ते हैं जी साल बी ने बड़ी धूल ठाई आ चचराड़ी उड़िया सेमे उड़े इन्हें सेमे फ्रिज जीता से बी 2017 के बच्चे जी 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 ये दो मेरे बहुत फेवरेट कबूतर ने जी ये बी पहला झब्बर फ्रिज जितया वो दूसरा जो बई दस चाह छाती ਸਾਰੀਆਂ ਬਾਜੀਆਂ ਪੰਜਾਬ 'ਚ 2 ਵਜੇ ਤੋਂ ਪਹਿਲਾਂ ਨਿਬੜੀਆਂ ਸੀ ਘੰਟਾ ਬਾਅਦ ਉੱਡੇ ਬੱਲੇ ਬੱਲੇ ਉਹਨਾਂ ਦੀ ਕੋਈ ਸ਼ੁੱਧ ਬਹੁਤ ਵਧੀਆ ਆਪਣਾ ਸੀ ਦੂਜੇ ਨੰਬਰ 'ਤੇ ਇਸ ਵੀਰ ਦਾ ਨਾਜੂ ਪੀਰ ਕੋਟ ਠੀਕ ਹੈ ਠੀਕ ਹੈ ਫਰਕ ਬਹੁਤ ਸੀ ਆਪਣੇ ਭਰਾ ਜੀ ਦੇ ਹਾਂਜੀ ਬਾਈ ਦੇ ਚੰਗੇ ਇੱਥੇ ਵੀ ਉੱਥੇ ਬਾਈ ਥੱਲੇ ਮਾਈ ਹਰੇ ਜੀ ਇੱਥੇ ਹੈਗਾ ਹੋਰ ਕੋਈ ਬਾਈ ਉਹ ਵੱਡਾ ਮੁੰਨ ਵਾਲਾ ਦੱਸ ਹਾਂਜੀ ਇਹ ਕਬੂਤਰ ਜੀ ਬਾਈ ਜਿਹੜੇ ਬਾਈ ਮਿੱਕੀ ਤੋਂ ਆਏ ਹੋਏ ਜਿਹੜਾ ਬਾਈ ਨੇ ਰਾਜਨ ਤੋਂ ਵੱਡਾ ਕਬੂਤਰ ਮੁੱਲ ਲਿਆ ਸੀ ਸਾਰਿਆਂ ਦਾ ਪਿਓ ਜੀ ਉਹ ਬਾਬਾ ਧੰਨੇ ਵਾਲਾ ਕਬੂਤਰ ਉਹਦਾ ਸਿਰੋਂ ਪੁੱਤ ਹੈ ਜੀ 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 ਇਹਨਾਂ ਦਾ ਬਹੁਤ ਚੰਗਾ ਰਿਆਲਟ ਸਾਡੇ ਕੋਲ ਇਹ ਜਿਹੜੇ ਬਾਈ ਇੱਕ ਮਿੰਟ ਜੀ ਆਪਾਂ ਕਬੂਤਰ ਉਹ ਖਾਲੀ ਬਾਈ ਆਪਣੇ ਕੋਈ ਉਹ ਬੜੇ ਜੰਟੇ ਵਾਲਾ ਲੋਡਰ ਮੋਡਰ ਦੀ ਲਾਲ ਜਿਹੜੀ ਆਪਣੇ ਕੋਲ ਨਾ ਥੰਦੇ ਹਾਂਜੀ ਇਹ ਜਿਹੜੇ ਬਾਈ ਮਿੱਕੀ ਦੇ ਲਾਲ ਜੀ ਨੇ ਜੀ ਜਿਵੇਂ ਰੱਤੇ ਹੋ ਗਏ ਜੀ ਬੱਪੀਆਂ ਵਾਲਾ ਹੋ ਗਿਆ ਇਹ ਵੀ ਇਹ ਵੀ ਬਾਈ ਮਿੱਕੀ ਤੋਂ ਆਏ ਹੋਏ ਇਹਨਾਂ ਦਾ ਬਹੁਤ ਚੰਗਾ ਰਿਜਲਟ ਆ ਜੀ ਬਹੁਤ ਬੱਚੇ ਉੜਦੇ ਆ ਲਾਲ ਚੀਨੀ ਦੇ ਜੀ ਕਿਹੜਾ ਇਹ ਵੀ ਸ਼ੁਰੂ ਆ ਜੀ ਉਹਦਾ ਜਿਹੜੇ ਬਾਈ ਕੋਲ ਮੁੱਲ ਵਾਲੇ ਆ ਬਾਈ ਤੋਂ ਆਏ ਹੋਏ ਜੀ ਇਹ ਇਹਦੇ ਵੀ ਰਿਕਾਰਡ ਤੋਂ ਉੜਦੇ ਜੋ ਵੀ ਬਾਈ ਦੇ ਵੱਡੇ ਕਬੂਤਰ ਆ ਉਹ ਇੱਥੇ ਹੈ ਆ ਜੀ ਮੋੜਾਣੀ ਦਾ ਪਿਓ ਮੋਜਾ ਦਾ ਪਿਓ ਸਾਰੇ ਇਹਦੇ ਐਂ ਬ੍ਰਹਮਸਤਰੀ ਬੱਚੇ ਕੱਢਦਾ ਜੀ ਇਹ ਵੀ ਜਿਹੜੇ ਪਹਿਲੇ ਪਹਿਲੇ ਤੋਂ ਉੱਡ ਕੇ ਬਾਹਰ ਰਹੇ ਲਓ ਜੀ ਆਪਾਂ ਦਿਖਾਉਣੇ ਅੱਗੇ ਹੋਰ ਬਾਈ ਦੇ ਕਬੂਤਰ ਕਬੂਤਰ ਜੀ ਇਹ ਬਾਈ ਨੇ ਲਿਆ ਸੀ ਟਮਾਣੇ ਤੋਂ ਮੁੱਲ
ਠੀਕ ਹੈ ਬਾਈ ਮਿੱਕੀ ਨੇ ਜੀ ਹਾਂਜੀ ਹਾਂਜੀ ਇਹ ਪਹਿਲਾਂ ਬਾਈ ਲਾਭੇ ਸਿੰਘੂ ਕੋਲ ਰਿਹਾ ਜੀ ਠੀਕ ਹੈ ਇਹਦੇ ਇਹ ਟਮਾਣੇ ਹਰਾਂ ਦਿੱਤਾ ਸੀਗਾ ਲਾਭੇ ਸਿੰਘੂ ਨੂੰ ਇਹਦੇ ਬੱਚੇ ਜੀ ਸ਼ਾਇਦ ਬਾਈ ਮੋਰ ਕੋਲ ਆ ਜਿਵੇਂ ਲਾਭੇ ਬਾਈ ਹਰਾਂ ਦੱਸਣ ਦੇ ਮੁਤਾਬਕ ਜੀ 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 ਇਹਦੇ ਬੱਚੇ ਆਪਣੇ ਕੋਲ ਵੀ ਬਹੁਤ ਚੰਗੇ ਉੱਡਦੇ ਆ ਜੀ ਜੀ ਜਿਵੇਂ ਲੋਕਾਂ ਤੋਂ ਸੁਣਨ 'ਚ ਆਇਆ ਜੀ ਜਿਹੜੇ ਬਾਈ ਮੋਰ ਦੇ ਸਾਇਆ ਸੁਆਇਆ ਵਾਲਾ ਜੀ ਇਹ ਉਹਨਾਂ ਦਾ ਵੱਡਾ ਕਬੂਤਰ ਸਰ ਜਿਹੜਾ ਮੇਨ ਹੈ ਜੀ ਠੀਕ ਹੈ ਜੀ ਜਿਵੇਂ ਟਮਾਣੇ ਬਾਈ ਹਰੇ ਕਹਿੰਦੇ ਆ ਵੀ ਇਹ ਜੋੜੀ ਦੇਣ ਉਹਨਾਂ ਦੇ ਕਹਿਣ ਮੁਤਾਬਕ ਵੀ ਇਹ ਜੋ ਇਹਦੇ ਬੱਚੇ ਗਾਂ ਮੋਰ ਕੋਲ ਸਾਇਆਣ ਸੁਆਣ ਦੇ ਪਿਓ ਹਰੇ ਜੀ 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 ਠੀਕ ਹੈ ਜੀ ਹਾਂਜੀ ਆਪਣੇ ਕੋਲ ਬਹੁਤ ਚੰਗਾ ਰੇਟ ਹੈ ਜੀ ਸੂਰਤ ਹੈ ਜੀ ਇੱਕ ਅੱਖ ਕਾਲੀ ਹੈ ਇੱਕ ਚਿੱਟੀ ਟੀਰੀ ਹੈ ਕਬੂਤਰ ਬਾਈ ਹੋਈ ਮਾੜਾ ਆ ਇੱਧਰ ਆਂਡਾ ਰੁੜ ਗਿਆ ਸ਼ਾਇਦ ਸਾਈਡ ਤੇ ਫੜੀ ਕਬੂਤਰ ਇੱਧਰ ਨਾ ਹਾਂਜੀ ਹਲਾ ਬਾਈ ਇਹ ਦੋਨੇ ਸਕੇ ਭਰਾ ਜੀ ਕਈ ਵਾਰੀ ਸਾਨੂੰ ਵੀ ਇਹਨਾਂ ਦਾ ਨਾ ਠੱਲਾਂ ਇੱਕ ਦੇ ਹਰੀ ਪਾਈ ਹੋਈ ਇੱਕ ਦੇ ਫੜੇ ਜੀ ਇੱਕ ਦੇ ਲਾਲ ਪਾਈ ਹੋਈ ਹੈ ਸਾਨੂੰ ਵੀ ਭਾਲਣਾ ਪੈਂਦਾ ਵੀ ਕਿਹੜਾ ਈਲਬਾਲ ਵਾਲਾ ਇਹ ਵੀ ਬਾਈ ਈਲਬਾਲ ਸ਼ਾਇਦ ਫਰਿੱਜ ਜਿੱਤਿਆ ਸੀਗਾ ਫਰਿੱਜ ਹੀ ਸੀ ਹਾਂਜੀ ਇਹ ਬਾਈ ਸਾਡੇ ਕੋਲ ਪੰਜ ਛੇ ਭਰਾ ਨੇ ਜੀ ਇੱਕ ਭੈਣ ਹੈ ਇਹਨਾਂ ਦੀ ਭੈਣ ਖੜਿਆਲ ਫਰਿੱਜ ਜਿੱਤੀ ਸੀ ਇਹਨਾਂ ਦੇ ਵਿੱਚ ਇਹਨਾਂ ਦਾ ਬਾਈ ਕਦੇ ਫੈਰ ਫੋਕਾ ਨਹੀਂ ਗਿਆ ਨਾਗਰੀ ਇਹਨਾਂ ਜਿੱਤਿਆ ਟਾਂਡੀ ਇਹਨਾਂ ਜਿੱਤਿਆ ਜੀ ਬਾਈ ਆਪਣਾ ਬੁਰਜਰ ਇਹਨਾਂ ਜਿੱਤਿਆ ਜੀ ਲੀਲਾ ਇਹਨਾਂ ਦਾ ਜਿੱਤਿਆ ਜੀ ਆਪਣਾ ਖੋਖਰ ਇਹਨਾਂ ਦਾ ਜਿੱਤਿਆ ਜੀ ਅਤੇ ਜਿੱਦੇ ਮੈਂ ਪਹਿਲਾਂ ਗੁਰੂ ਜਿੱਤਿਆ ਮਾਖੀਜਲ ਉਹ ਵੀ ਇਹਨਾਂ ਦੀ ਜਿੱਤੀ ਇਹ ਬਾਈ ਆਪਣੇ ਕਹਿ ਦਈਏ ਵੀ ਜਿਹੜੇ ਸਾਡੇ ਸਾਡੇ ਹਿਸਾਬ ਕੇ ਇਹ ਵੀ ਕਬੂਤਰ ਦੇ ਮੂਹਰੇ ਨਹੀਂ ਬਹਿੰਦੇ ਇਹ ਪੰਜ ਸੱਤ ਕਬੂਤਰ ਨੇ ਆਪਣੀ ਨਸਲ ਬਣਾਈ ਹੋਈ ਹੈ ਜੀ ਬਹੁਤ ਚੰਗਾ ਰਿਹਾ ਟਹਿਣਾ ਸਾਡੇ ਕੋਲ ਇਹ 69 ਨੰਬਰ ਕਬੂਤਰ ਜੀ ਆਪਣੇ ਦੇ ਸਰੋਂ ਪੁੱਤ ਨੇ ਇੱਕ ਦੋ ਨੰਬਰ ਕਬੂਤਰ ਹੈ ਉਹਦੇ ਦੋ ਨੰਬਰ ਠੱਲ ਹੈ ਉੱਪਰ ਹੈ ਜੀ ਗਾਜੇ ਪਾਸ ਵੀ ਇਹਨਾਂ ਦਾ ਭਰਾ ਬਹੁਤ ਆਪਣੀ ਮਤਲਬ ਚੰਗੀ ਨਸਲ ਇਹ ਹੈ ਜੀ ਆਪਣਾ ਹੀ ਮੈਨੂੰ ਆਂਧਰ ਛੱਡਿਆ ਇਹ ਕਬੂਤਰ ਬਾਈ ਆਪਣਾ ਲੋਹਾ ਖੇਡ ਜਿੱਤਿਆ ਸੀ ਜੀ ਕਾਲੀ ਝਾਲਰ ਵਾਲਾ ਠੀਕ ਹੈ ਜੀ ਇਹ ਸ਼ਾਇਦ 2016 ਜਾਂ 17 ਹਾਂ ਇਹ ਕੋਈ ਚੱਕੇ ਭੱਜ ਗਏ ਜੀ ਮੁੰਡੇ ਨੇ ਦਵਾਇਆ ਜੀ ਇਹ ਕਿਲਾ ਰਾਏਪੁਰ ਵਾਲੇ ਦਾ ਜੀ ਜੀ ਚਚਰਾੜੀ ਵਾਲੇ ਦਾ ਜੀ ਅਤੇ ਸੇਮੇ ਵਾਲੇ ਦਾ ਪਿਓ ਹੈ ਜੀ ਠੀਕ ਹੈ ਇਹ ਆਪ ਵੀ ਬਹੁਤ ਚੰਗਾ ਉੱਡਦਾ ਰਿਹਾ ਅਤੇ ਬੱਚਿਆਂ ਨੇ ਵੀ ਇਹਨੇ ਆਪਣਾ ਨਾਂ ਇਹਨਾਂ ਨੇ ਕਰੇ ਠੀਕ ਹੈ ਇਹ ਜਿਹੜੀ ਤੇਲੂ ਵਾਲੀ ਕਬੂਤਰੀ ਹੈ ਜੀ 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 ਉਹਦਾ ਪੋਤਾ ਲਾ ਲਓ ਜਿਹੜੀ ਉੱਪਰ ਤੁਹਾਨੂੰ ਦਿਖਾਈ ਹੈ ਉੱਪਰ ਉਹਦਾ ਇਹ ਵਾਲਾ ਜੀ ਇਹ ਜੀ ਬਾਈ ਮਾਡਲ ਦੀ ਸਗੀ ਭੈਣ ਹੈ ਇਹ ਵੀ ਇਸ ਸਾਲ ਘਰੇ ਬਾਜੀ ਨਿਬੇੜਦੀ ਸੀ ਜਿੱਦਣ ਲੀਲਾਂ ਬਾਜੀ ਸੀ ਉਦੋਂ 3:30 ਵਜੇ ਘਰੇ ਬੈਠੀ ਹੈ ਜੀ ਠੀਕ ਹੈ ਜੀ ਅਤੇ ਉਹ ਬੜੀ ਜਾਂਟੇ ਵਾਲੀ ਖੋਖਰ ਜਿੱਤੀ ਅਗਲਾ ਕਹਿੰਦਾ ਲੋਚ ਨੀ ਉੱਡਦੇ ਇੰਨੀ ਸੋਹਣੀ ਉਡਾਈ ਕਰੀ ਸਾਰਾ ਰੱਬ ਜੀ ਖੜੀ ਰਹੀ ਜੀ ਕੱਲੀ ਜਿੱਤੀ ਆ 70 ਕਬੂਤਰ ਸੀ ਟਾਂਗੇ ਤੇ ਬੈਠੀ ਖੁਸ਼ ਹੋ ਉੱਡੀ ਠੀਕ ਇਹ ਆਪਣੇ ਰਾਕਟ ਕਬੂਤਰ ਹੈ ਉਹਨਾਂ ਦੀ ਹੈ ਜੀ ਅਤੇ ਇਹ ਜਿਹੜੇ ਆ ਆਹ ਭੈਣ ਭਰਾ ਨੇ ਜੀ ਇਹ ਜੀ ਆਪਣੇ ਬਾਬਾ ਜੀ ਜੰਟਾ ਆਲਮਾਲਾ ਦਾ ਕਬੂਤਰ ਸੀ ਲੁੱਡਣ ਬਹੁਤ ਬਾਂਝ ਦਿੱਤਾ ਸੀਗਾ ਸਾਨੂੰ ਨਹੀਂ ਸੀ ਪਤਾ ਵੀ ਉਹ ਲੁੱਡਣ ਹੈ ਜੀ ਸਾਨੂੰ ਕਿਸੇ ਸਾਡੇ ਮਿੱਤਰ ਨੇ ਜੀ ਬਹਿਣੀ ਵਾਲਿਆਂ ਨੇ ਦਵਾਤਾ ਰਾਮਪੁਰ ਪਿੰਡ ਤੋਂ ਜੀ ਇਹਦਾ ਦਾਦਾ ਜੀ ਜੀ ਸਿਰ ਖੱਟੀਆਂ ਅੱਖਾਂ ਸੀ ਉਹਦੀਆਂ ਸਿਰ ਚੱਕ ਹੋ ਰਿਹਾ ਸੀ ਪੂੰਝ 'ਚ ਪਿੱਛੋਂ ਮਾੜੀ ਲੌਂਸ ਕਾਲੀ ਸੀ ਬਾਈ ਮੋਸ਼ੀਰਾਂ ਨੂੰ ਵੀ ਪਤਾ ਬਾਈ ਦੱਸ ਵੀ ਤੇਰੇ ਗੁਰੂ ਕੋਲੇ ਲੁੱਡਣ ਵਾ ਗਏ ਸੀ ਸ਼ਾਇਦ 16-17 ਮਾ ਜਿੱਤਾ ਸੀ ਲੁੱਡਣ ਜੀ ਇਹ ਉਹਦਾ ਪੋਤਾ ਹੈ ਜੀ ਲੁੱਡਣ ਲੁੱਡਣ ਦਾ ਲੁੱਡਣ ਜਦੋਂ ਲੈ ਕੇ ਆਉਂਦਾ ਜੀ ਲੁੱਡਣ ਦੀਆਂ ਅੱਖਾਂ ਖਰਾਬ ਸੀ ਬੰਦ ਸੀ ਪੱਲੇ ਉਹ ਡਿੱਗੇ ਹੋਏ ਅਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਲੁੱਡਣਾ ਦੱਸਿਆ ਜੀ ਅਤੇ ਉਹਦੀ ਬਾਈ ਸੇਵਾ ਸੁਵਾ ਕਰਕੇ ਬੱਚੇ ਕੱਢਣ ਲਾ ਲਿਆ ਜੀ ਫਿਰ ਤਾਂ ਪੱਠਿਆਂ ਵਾਂਗੂ ਬਣ ਗਿਆ ਸੀ ਅਤੇ ਜਿਵੇਂ ਵੀ ਉਹ ਲੁੱਡਣ ਅੱਡ ਲਾਈ ਰੱਖਿਆ ਜੀ ਜੱਸੋਵਾਲਾਂ ਨਾਲ ਅਤੇ ਜੇ ਕਿਤੇ ਜਿਵੇਂ ਉਦੋਂ ਤੇਲੂ ਕਾਲੀ ਕਬੂਤਰੀ ਲੁੱਡਣ ਇੱਕ ਖੁੱਡੇ 'ਚ ਰਹੇ ਨੇ ਉਦਾਂ ਜੇ ਆਪਸ 'ਤੇ ਲੱਗੇ ਹੁੰਦੇ ਤਾਂ ਹੋ ਸਕਦਾ ਵੀ ਉਹ ਨਸਲ ਨੂੰ ਕੋਈ ਉੱਪੜਦੀ ਨਾ ਜੀ ਬਾਬਾ ਜੰਟਾ ਜੀ ਵਾਲੇ ਲੁੱਡਣ ਦੀ ਲਾਦ ਹੈ ਜੀ ਇਹ
ਤੇ ਬਾਕੀ ਸਰਦਾਰ ਗੁਰਜੰਟ ਸਿੰਘ ਆਲਮਾਲਾ ਜਿਨ੍ਹਾਂ ਦਾ ਲੁੱਡਣ ਕਬੂਤਰ ਸੀ ਉਹ ਬਾਈ ਹੋਰ ਕਬੂਤਰ ਫਿਰ ਉਹ ਮਰ ਗਿਆ ਸੀ ਆਪਣੇ ਕੋਲ ਉਹ ਤਾਂ ਮਰ ਗਿਆ ਸੀ ਲੁੱਡਣ ਇੱਥੇ ਮਰ ਇਹਦੀ ਲਾਸਟ ਪੀੜ੍ਹੀਆਂ ਨੇ ਜੀ ਮਤਲਬ ਜੀ 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 ਲਓ ਹਾਂਜੀ ਇਹ ਬਾਈ ਆਪਣੀ ਰਮਤੇ ਵਾਲੇ ਪਿੰਡ ਮਸ਼ੀਨ ਜਿੱਤੀ ਸੀ ਜੀ ਇਹ ਬਾਈ ਹਰਬੰਸ ਮਹਾਰਾਜ ਜੀ ਕਬੂਤਰ ਜੀ ਆਪਦੇ ਹੱਥੀਂ ਗਿਫਟ ਆਪਾਂ ਨੂੰ ਉਹਦੀ ਇਹ ਜੀ ਮਸ਼ੀਨ ਜਿੱਤੀ ਸੀ ਅਤੇ ਘੰਟੇ ਦੀ ਵਿੱਥ ਪਾਈ ਉਹਨੇ ਪਿੰਡ ਰਮਦੱਤੇ ਵਾਲੇ ਜੀ ਜਿੱਦਣ ਲੰਬ ਵਾਲੀ ਬਾਜੀ ਸੀ ਜੀ ਉਹਦਨ ਦੀ ਗੱਲ ਆ ਰਮਦੱਤੇ ਵਾਲੇ ਪਿੰਡ ਮਸ਼ੀਨ ਜਿੱਤੀ ਸੀ ਜੀ ਬਾਕੀ ਤੁਸੀਂ ਕੱਚਾ ਖੁੱਡੇ ਦੀ ਗੱਲ ਕਰਦੇ ਸੀ ਬਾਈ ਇਹ ਜੀ ਖੁੱਡੇ ਵਿਖਾਏ ਹੋਏ ਬਾਈ ਦਾ ਉੱਪਰ ਪਾਇਆ ਬਾਈ ਨੇ ਪੱਕੇ ਬਰਾਂਡੇ ਅਤੇ ਵਿੱਚ ਹੈ ਜੀ ਕੱਚੇ ਖੁੱਡੇ ਪੰਜਾਬ ਚ ਮੈਨੂੰ ਪਹਿਲੇ ਖੁੱਡੇ ਹੋਣਗੇ ਜਿਹੜੇ ਇਸ ਤਰ੍ਹਾਂ ਬਣੇ ਹੋਏ ਹੋਰ ਵੀ ਹੋ ਸਕਦੇ ਨੇ ਮਤਲਬ ਮੈਂ ਆਪਦੀ ਜ਼ਿੰਦਗੀ 'ਚ ਪਹਿਲੀ ਵਾਰੀ ਵੇਖੇ ਆਪਦੇ ਇਹ ਜਿਹੜੇ ਖੁੱਡੇ ਆ ਬਾਈ ਨੇ ਉੱਪਰ ਪੱਕੇ ਬਣਾਏ ਆ ਥੱਲੇ ਵਿੱਚ ਉਹਨਾਂ ਦੇ ਬਰਾਂਡੇ 'ਚ ਕੱਚੇ ਖੁੱਡੇ ਜਿਹੜੇ ਬਣਾਏ ਹੋਏ ਆ ਕਬੂਤਰਾਂ ਦੇ ਸੋ ਬਹੁਤ ਵਧੀਆ ਜੀ ਗਾਇਆ ਬੜਿਆ ਇੱਥੇ ਅੱਛਾ ਅੱਛਾ ਜੀ ਲਓ ਜੀ ਇਹਦੇ 'ਚ ਡੱਬੇ ਕਬੂਤਰ ਆਪਣਾ ਹਰੀ ਕਬਰ ਜਿੱਤਾ ਸਕਾ ਭਰਾ ਦਿੱਤਾ ਕਬੂਤਰੀ ਇਹ ਚੋਰੀ ਬਣਾ ਕੇ ਹਾਂਜੀ ਜਿਹੜੀ ਅੱਜ ਦੀ ਵੀਡੀਓ ਹੈ ਬਾਈ ਜੀ ਬੱਲੂ ਮੌੜ ਉਹਨਾਂ ਦੇ ਘਰ ਸ਼ੂਟ ਕੀਤਾ ਆਪਾਂ ਉਹਨਾਂ ਦੇ ਕਬੂਤਰਾਂ ਬਾਰੇ ਸਭ ਕੁਛ ਜਾਣਿਆ ਜੀ ਜਿੰਨੇ ਵੀ ਵੀਰ ਉਹਨਾਂ ਦੇ ਸੱਜਣ ਮਿੱਤਰ ਉਹਨਾਂ ਦੇ ਘਰ ਪਹੁੰਚੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਾਂਦੇ ਜਾਂਦੇ ਸਾਡਾ ਜੋ ਯੂਟਿਊਬ ਚੈਨਲ ਹੈ ਭੁਪਿੰਦਰ ਹੇਅਰ ਦੇ ਨਾਮ ਦਾ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਇੱਕ ਬਾਈ ਜੀ ਯਾਦਵਿੰਦਰ ਚੱਜ ਉਹਨਾਂ ਦਾ ਥੈਂਕ ਯੂ ਕਰਦੇ ਹਾਂ ਹਾਂਜੀ ਬਾਈ ਦੁਬਾਰ ਤੋਂ ਉਹਦਾ ਬਾਈ ਜੀ ਆਪਣੇ ਭੁਪਿੰਦਰ ਚੱਕਰਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੇ ਘਰ ਪਹੁੰਚਣ 'ਤੇ ਅਤੇ ਸਾਡੇ ਵੱਡੇ ਭਰਾ ਬਾਈ ਯਾਦਵਿੰਦਰ ਚੱਜ ਜੀ ਜਿਨ੍ਹਾਂ ਨੇ ਬਾਈ ਨੂੰ ਸਾਡੇ ਤੱਕ ਪਹੁੰਚਦਾ ਕੀਤਾ ਅਤੇ ਨਾਲ ਹੀ ਬਾਈ ਜਿੰਨੇ ਵੀ ਸਾਡੇ ਤਾਮਗੜ ਪੀਂਗ ਕਲੱਬ ਦੇ ਮੈਂਬਰ ਹੈ ਜਾਂ ਸਾਡੇ ਕੋਈ ਸ਼ੁਭ ਚਿੰਤਕ ਹੈ ਸਾਰਿਆਂ ਦਾ ਬਾਈ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਈ ਦਾ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਬਾਈ ਯਾਦਵਿੰਦਰ ਚੱਜ ਜੀ ਬਾਈ ਸਾਡੇ ਗਰੁੱਪ ਦੇ ਮੇਨ ਮੈਂਬਰ ਨੇ ਜੀ ਉਹਨਾਂ ਨੇ ਅਮੈਰੀਕਾ ਦੇ ਵਿੱਚ ਵੀ ਸਾਡੇ ਮਤਲਬ ਤਾਮਗੜ ਪੀਂਗ ਕਲੱਬ ਦਾ ਨਾਮ ਰੱਖਿਆ ਹੋਇਆ ਜੀ ਬਾਈ ਉੱਧਰ ਵੀ ਬਾਜੀਆਂ ਛੱਡਦੇ ਅਮੈਰੀਕਾ 'ਚ ਵੀ ਅਤੇ ਬਾਕੀ ਜਿੰਨੇ ਵੀ ਸਾਡੇ ਭਰਾ ਬਾਈ ਗੁਰਪ੍ਰੀਤ ਬਾਈ ਨਿਸ਼ਾਨ ਬਾਈ ਰਿੱਪਣ ਜਿੰਨੇ ਵੀ ਕੋਈ ਬਾਈ ਗੋਖੀਏ ਰਹੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਸਾਡੇ ਘਰ ਪਹੁੰਚਣ 'ਤੇ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਕੀ ਬਾਈ ਜੀ ਧੰਨਵਾਦ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ